ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਮੀ। ਹਮੇਸ਼ਾ ਦੀ ਤਰ੍ਹਾਂ ਬਹੁਤ ਬਹੁਤ ਧੰਨਵਾਦੀ ਹਾਂ, ਬਿਕੋਜ਼ ਜਿਸ ਤਰ੍ਹਾਂ ਦੇ ਕੇਸਿਸ, ਜਿਸ ਤਰ੍ਹਾਂ ਦੀਆਂ ਗੱਲਾਂ ਮੇਰੇ ਨਾਲ ਕਰਨ ਕੁਛ ਲੋਕ ਆਉਂਦੇ ਨੇ, ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਕ੍ਰੈਡਿਟ ਤੁਹਾਨੂੰ ਸਾਰਿਆਂ ਨੂੰ ਜਾਂਦਾ ਹੈ ਜਿਹੜੇ ਇਕੱਠੇ ਹੋ ਕੇ ਬੈਠ ਕੇ ਸੁਣਦੇ ਹੋ। ਜੇ ਕੋਈ ਸੁਣਨ ਵਾਲਾ ਨਾ ਹੋਏ, ਰਾਏ ਦੇਣ ਵਾਲਾ ਨਾ ਹੋਏ ਤਾਂ ਕੌਣ ਪੁੱਛੇ ਸਾਨੂੰ। ਸੋ ਥੈਂਕ ਯੂ ਸੋ ਮੱਚ। ਅੱਜ ਵੀ ਖਾਸ ਤੌਰ 'ਤੇ ਜਿਹੜਾ ਯੂਨੋ ਸ਼ਾਇਦ ਪਹਿਲੇ ਨਹੀਂ ਅਸੀਂ ਇਸ ਤਰ੍ਹਾਂ ਦੀ ਗੱਲ ਕੀਤੀ, ਇੱਕ ਲੇਡੀ ਨੇ ਸਾਨੂੰ ਕੰਟੈਕਟ ਕੀਤਾ। ਔਰ ਥੋੜ੍ਹੀ ਜਿਹੀ ਬੈਕਗਰਾਊਂਡ ਦੱਸਾਂ ਕਿ ਜਨਵਰੀ 2008 ਦੇ ਵਿੱਚ ਬੇਟੀ ਨੇ ਇੱਕ ਹੈਲਥ ਫੇਅਰ ਕੀਤਾ ਸੀ ਗੁਰਦੁਆਰੇ। ਉੱਥੇ ਕਾਫੀ ਯੂਨੋ ਸੰਗਤ ਆਈ ਸੀ, ਬਹੁਤ ਬੰਦੇ, ਪੰਜਾਬੀ, ਨੌਨ ਪੰਜਾਬੀ, ਕਾਫੀ ਲੋਕਾਂ ਨੇ ਪਾਰਟੀਸਪੇਟ ਕੀਤਾ ਸੀ, ਜਿਹਦੇ ਵਿੱਚ ਬੜੇ ਸਾਰੀਆਂ ਚੀਜ਼ਾਂ ਰੱਖੀਆਂ ਸੀ, ਬਟ ਇੱਕ ਜਿਹੜੀ ਕਿ ਪਹਿਲੀ ਵਾਰੀ ਗੁਰਦੁਆਰਿਆਂ 'ਚ ਹੋ ਰਹੀ ਸੀ, ਉਹ ਸੀਗਾ ਕਿ ਗੇ ਔਰ ਲੈਸਬੀਅਨਸ ਦੇ ਬਾਰੇ ਗੱਲ ਕਰਨੀ। ਔਰ ਪੈਨਲ ਸੀ ਕਿ ਖੁਦ ਜਿਨ੍ਹਾਂ ਨੇ ਦ ਵਨਸ ਹੂ ਹੈਵ ਕਮ ਆਊਟ, ਜਿਨ੍ਹਾਂ ਨੇ ਆਪ ਡਿਕਲੇਅਰ ਕੀਤਾ ਹੈ ਕਿ ਮੈਂ ਗੇ ਹਾਂ ਜਾਂ ਲੈਸਬੀਅਨ ਹਾਂ, ਜ਼ਿਆਦਾ ਐਕਚੁਅਲੀ ਉੱਥੇ ਮੁੰਡੇ ਹੀ ਆਏ ਸੀ, ਉਹਨਾਂ ਨੇ ਆਪ ਗੱਲ ਕੀਤੀ। ਕਿਸੇ ਮੁੰਡੇ ਦੇ ਪੇਰੈਂਟ ਨੇ ਵੀ, ਮਦਰ ਵੀ ਆਏ ਹੋਏ ਸੀ, ਜਿਨ੍ਹਾਂ ਨੇ ਆਪਣਾ ਸਾਰੀ ਸ਼ੇਅਰ ਕੀਤੀ ਕਿ ਉਹਨਾਂ ਦਾ ਐਕਸਪੀਰੀਅੰਸ ਕੀ ਹੈ, ਕਿਸ ਤਰ੍ਹਾਂ ਉਹਨਾਂ ਦੀ ਜਰਨੀ ਹੋਈ, ਕਿਸ ਤਰ੍ਹਾਂ ਬੱਚੇ ਨੇ ਦੱਸਿਆ, ਔਰ ਕਿਸ ਤਰ੍ਹਾਂ ਉਹ ਸਪੋਰਟ ਕਰ ਰਹੇ ਨੇ ਇਹਨਾਂ ਚੀਜ਼ਾਂ ਨੂੰ। ਸੋ ਉਸ ਚੀਜ਼ ਨੂੰ ਦੇਖਦੇ ਹੋਏ, ਉਸ ਵੇਲੇ ਤਾਂ ਕਿਸੇ ਨੇ ਨਹੀਂ ਸਾਹਮਣੇ ਆਏ, ਬਟ ਇੱਕ ਲੇਡੀ ਮੈਨੂੰ ਬਾਅਦ ਵਿੱਚ ਉਹਨਾਂ ਨੇ ਈਮੇਲਸ ਦੇ ਥਰੂ ਕੰਟੈਕਟ ਕੀਤਾ, ਔਰ ਹੁਣ ਤੱਕ ਗੱਲਬਾਤ ਚਲੀ ਜਾ ਰਹੀ ਸੀ। ਜ਼ਿਆਦਾਤਰ ਤਾਂ ਸ਼ੁਰੂਆਤ ਉਹਨੇ ਇੱਥੋਂ ਹੀ ਕੀਤੀ ਕਿ ਮੇਰੀ ਫਰੈਂਡ ਦੇ ਨਾਲ ਇੰਝ ਹੋ ਰਿਹਾ, ਬਟ ਲੇਟਲੀ 8-9 ਮਹੀਨੇ ਬਾਅਦ, ਜਦ ਕਿ ਸਾਨੂੰ ਪਤਾ ਹੁੰਦਾ ਕਈ ਵਾਰੀ ਕਿ ਫਰੈਂਡ ਦੇ ਬਾਰੇ ਗੱਲ ਕਰ ਰਹੇ ਹੋ ਔਰ ਇੰਨੀ ਡਿਟੇਲ 'ਚ ਪਤਾ ਹੈ, ਤਾਂ ਸ਼ਾਇਦ ਆਪਣੇ ਬਾਰੇ ਹੀ ਗੱਲ ਕਰ ਰਹੇ ਹੋ। ਪਰ ਯੂਨੋ ਇਟਸ ਅ ਵੈਲਕਮ ਆਈਡੀਆ ਕਿ ਕੋਈ ਭਾਵੇਂ ਕਿਸੇ ਹੋਰ ਦਾ ਹੀ ਕਹਿ ਕੇ ਗੱਲ ਕਰੇ, ਆਪਣੀ ਗੱਲ ਤਾਂ ਕਵੇ। ਸੋ ਸ਼ੀ ਕੈਪ ਟੋਕਿੰਗ ਟੂ ਮੀ, ਐਂਡ ਹੁਣ ਉਹਨੇ ਇੰਨੀ ਹਿੰਮਤ ਕੀਤੀ ਹੈ ਕਿ ਉਹ ਕਹਿ ਰਹੇ ਕਿ ਜਸ ਗੱਲਬਾਤ ਦੇ ਸਾਰੇ ਵਿਊਅਰਸ ਨੂੰ ਪੁੱਛੋ ਕਿ ਮੈਂ ਕੀ ਕਰਾਂ। ਹੁਣ ਤੱਕ ਉਹਨਾਂ ਦੇ 3-3.5 ਸਾਲ ਹੋ ਗਏ ਨੇ ਵਿਆਹ ਦੇ, ਔਰ ਕਹਿੰਦੇ ਨੇ ਕਿ ਇੰਡੀਆ ਤੋਂ ਆਏ ਨੇ ਵਿਆਹ ਕਰਕੇ, ਹਸਬੈਂਡ ਲੈ ਕੇ ਆਏ ਨੇ। ਜਦੋਂ ਇੰਡੀਆ ਵੀ ਸੀਗੇ, ਕਹਿੰਦੇ ਮੈਂ ਆਪਣੇ ਆਪ ਨੂੰ ਔਡ ਜੀ ਸਮਝਦੀ ਸੀ, ਕਿਉਂਕਿ ਮੈਨੂੰ ਜਿਸ ਤਰ੍ਹਾਂ ਕੁੜੀਆਂ ਸਾਰੇ ਮੁੰਡਿਆਂ ਦੇ ਪਿੱਛੇ ਗੱਲਾਂ ਕਰ ਰਹੀਆਂ ਨੇ, ਮੁੰਡਿਆਂ ਵੱਲ ਦੇਖ ਕੇ ਜਿਸ ਤਰ੍ਹਾਂ ਉਹ ਕਰ ਰਹੀਆਂ ਨੇ, ਉਹ ਮੈਨੂੰ ਨਹੀਂ ਕੁਛ ਮਹਿਸੂਸ ਹੁੰਦਾ ਸੀ। ਸੋ ਮੈਨੂੰ ਲੱਗਦਾ ਸੀ ਮੈਂ ਥੋੜ੍ਹੀ ਔਡ ਹਾਂ, ਮੇ ਬੀ ਮੈਂ ਜ਼ਿਆਦਾ ਸੈਂਸੀਬਲ ਹਾਂ, ਇਹ ਬਚਕਾਨੀਆਂ ਹਰਕਤਾਂ ਕਰਦੀਆਂ ਨੇ, ਪਹਿਲੇ ਇਹ ਸੋਚਦੀ ਰਹੀ। ਫਿਰ ਕਾਲਜ ਵਿੱਚ ਜਾ ਕੇ ਹੋਸਟਲ 'ਚ ਪੜ੍ਹੀ, ਅਤੇ ਹੋਸਟਲ ਵਿੱਚ ਕਹਿੰਦੀ ਮੈਨੂੰ ਥੋੜ੍ਹਾ ਅਹਿਸਾਸ ਹੋਇਆ ਕਿ ਮੈਂ ਥੋੜ੍ਹੀ ਹਟ ਗਿਆ, ਮੈਨੂੰ ਮੁੰਡਿਆਂ ਨਾਲ ਕੋਈ ਦਿਲਚਸਪੀ ਨਹੀਂ ਹੈ, ਮੈਂ ਅਟਰੈਕਟ ਨਹੀਂ ਹੁੰਦੀ, ਮੈਨੂੰ ਕੁੜੀਆਂ ਨਾਲ ਦਿਲਚਸਪੀ ਹੈ। ਸੋ ਸ਼ੀ ਸੇਜ਼ ਕਿ ਮੈਨੂੰ ਇਸ ਅਹਿਸਾਸ ਹੋਣ 'ਤੇ ਲੱਗ ਗਿਆ, ਪਰ ਮੈਨੂੰ ਪਤਾ ਸੀ ਕਿ ਜਿਸ ਤਰ੍ਹਾਂ ਦੀ ਫੈਮਿਲੀ ਤੋਂ ਮੈਂ ਹਾਂ, ਇਹੋ ਜਿਹੀ ਗੱਲ ਮੈਂ ਕਵਾਂਗੀ ਵੀ ਅਤੇ ਕੁਛ ਨਹੀਂ ਫਾਇਦਾ ਹੋਏਗਾ, ਐਕਸੈਪਟ ਕਿ ਹਾਂ ਇੰਨਾ ਤੱਕ ਹੋ ਸਕਦਾ ਕਿ ਮੇਰੇ ਜਿਹੜੇ ਇੱਕੋ ਭਰਾ ਹੈ ਉਹਦਾ ਵੱਡਾ, ਔਰ ਤਾਏ ਚਾਚੇ ਦੇ ਮੁੰਡੇ ਹੈ, ਕਜ਼ਨਸ ਹੈ ਜਿਹੜੇ ਬੜੇ ਨੇੜੇ, ਫੈਮਿਲੀ ਕਲੋਜ਼ ਨਿਟ ਫੈਮਿਲੀ ਹੈ, ਉਹ ਮੈਨੂੰ ਮਾਰ ਦੇਣਗੇ, ਮਤਲਬ ਹੋ ਹੀ ਨਹੀਂ ਸਕਦਾ ਕਿ ਮੇਰੀ ਫੈਮਿਲੀ ਇਸ ਚੀਜ਼ ਨੂੰ ਐਕਸੈਪਟ ਕਰੇ। ਔਰ ਇਹ ਵੀ ਸੀ ਕਿ ਮੇਰੇ ਫਾਦਰ ਬੜੇ ਬਿਮਾਰ ਬਿਮੁਰ ਰਹਿੰਦੇ ਨੇ, ਸਾਰਿਆਂ ਦਾ ਡਰ ਦੇ ਪਿੱਛੇ ਨਾ ਉਹ ਤਾਂ ਹੋਰ ਬਿਮਾਰ ਹੋ ਜਾਣਗੇ, ਉਹ ਜ਼ਿੰਦਾ ਹੀ ਨਹੀਂ ਰਹਿ ਸਕਣਗੇ। ਸੋ ਬਹੁਤ ਕਿ ਮੈਂ ਸੋਚਿਆ ਵੀ ਨਹੀਂ ਕਿ ਇਸ ਚੀਜ਼ ਨੂੰ ਥੋਟ ਵੀ ਦੇਣੀ ਹੈ। ਸੋ ਕਹਿੰਦੇ ਜਦੋਂ ਮੈਨੂੰ ਕਹਿਣਾ ਕਿ ਹਾਂ ਵਿਆਹ ਕਰਾ ਲੈ, ਵਿਆਹ ਦੇ ਵਾਸਤੇ ਮੁੰਡਾ ਦੇਖਣਾ, ਮੈਨੂੰ ਸਮਝਣਾ ਨਹੀਂ ਮੈਂ ਰਿਐਕਟ ਕਿਵੇਂ ਕਰਾਂ। ਮਿਲ ਵੀ ਲੈਂਦੀ ਸੀ, ਉਹ ਵੀ ਕਰ ਲੈਂਦੀ ਸੀ, ਪਰ ਕੁਛ ਨਹੀਂ, ਅੰਦਰੋਂ ਕੋਈ ਜਜ਼ਬਾਤ ਨਹੀਂ, ਕੁਛ ਨਹੀਂ। ਫਾਈਨਲੀ ਇਹ ਮੁੰਡਾ US ਤੋਂ ਕਿਸੇ ਹੋਰ ਕਜ਼ਨ ਦੇ ਥਰੂ ਆਇਆ, ਐਂਡ ਇਹਨੂੰ ਮਿਲੀ, ਅਤੇ ਕਹਿੰਦੀ ਸਮਹਾਓ ਪਤਾ ਨਹੀਂ ਕੀ ਦਿਮਾਗ ਚੱਲ ਰਿਹਾ ਸੀ ਉਸ ਵੇਲੇ, ਮੇਰਾ ਦਿਮਾਗ ਇੱਥੇ ਤੱਕ ਕਹਿੰਦੀ ਹੈ ਕਿ ਪਤਾ ਨਹੀਂ ਮੇਰੀ ਮੱਤ ਮਾਰੀ ਗਈ ਸੀ, ਜਾਂ ਫਿਰ ਮੈਨੂੰ ਕੀ ਦਿਮਾਗ 'ਚ ਆਇਆ ਕਿ ਸ਼ਾਇਦ ਇਹ ਸਮਝੇਗਾ ਇਹ ਬਾਹਰ ਦਾ ਹੈ। ਮੈਂ ਕਿਹਾ ਠੀਕ ਹੈ, ਕਰਾਉਣਾ ਹੈ ਹੀ ਹੈ ਕਿਸੇ ਨਾਲ, ਠੀਕ ਹੈ ਮੈਂ ਇੱਥੇ ਚਲ ਜਾਂਦੀ, ਮੈਂ ਦੂਰ ਚਲੀ ਜਾਂਦੀ ਹਾਂ ਇਸ ਮਾਹੌਲ ਤੋਂ ਜਿੱਥੇ ਮੈਨੂੰ ਸੋਚ ਵੀ ਨਹੀਂ ਸਕਦੀ ਕਿ ਕੋਈ ਸਮਝੇਗਾ। ਸੋ ਕਹਿੰਦੇ 3 ਸਾਲ ਤੋਂ ਮੈਂ ਵਿਆਹੀ ਹੋਈ ਹਾਂ, ਪਰ ਮੈਂ ਹਾਲੇ ਤੱਕ ਕਿਸੇ ਨੂੰ ਨਹੀਂ ਇਹ ਚੀਜ਼ ਦੱਸੀ ਕਿ ਮੈਨੂੰ ਬੰਦੇ ਨਹੀਂ ਪਸੰਦ, ਮੈਨੂੰ ਮੁੰਡੇ ਨਹੀਂ ਪਸੰਦ। ਔਰ ਹਰ ਵਾਰੀ ਜਦੋਂ ਅਸੀਂ ਇੰਟੀਮੇਟ ਹੁੰਦੇ ਹਾਂ ਤਾਂ ਮੈਨੂੰ ਇੰਝ ਲੱਗਦਾ ਕਿ ਮੈਂ ਬਹੁਤ ਹੀ ਆਪਣੇ ਆਪ ਨਾਲ ਧੋਖਾ ਕਰ ਰਹੀ ਹਾਂ, ਔਰ ਉਸ ਬੰਦੇ ਨਾਲ ਵੀ ਧੋਖਾ ਕਰ ਰਹੀ ਹਾਂ। ਸੋ ਉਹਦੇ ਨਾਲ ਇਹ ਅਨਫੇਅਰ ਵੀ ਹੈ ਕਿ ਮੈਂ ਯੂਨੋ ਪੂਰੀ
ਉਹਨਾਂ ਨਾਲ ਸ਼ਾਮਿਲ ਨਹੀਂ ਹੁੰਦੀ ਬਟ ਸਮ ਹਾਉ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕਰਾਂਗੀ ਸੋ ਕਹਿੰਦੇ ਮੈਂ ਜਦ ਬਹੁਤ ਤੰਗ ਆ ਗਈ ਕਿ ਨਹੀਂ ਮੇਰੇ ਤੋਂ ਨਹੀਂ ਹੋ ਰਿਹਾ ਮੈਂ ਇੱਕ ਤਰ੍ਹਾਂ ਇੰਝ ਲੱਗ ਰਿਹਾ ਸੀ ਕਿ ਮੈਂ ਡਿਪਰੈਸ਼ਨ 'ਚ ਜਾ ਰਹੀ ਹਾਂ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਫੋਨ ਦੇ ਉੱਤੇ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਅਤੇ ਤੁਹਾਨੂੰ ਲੱਗਦਾ ਕਿ ਮੈਂ ਨਾ ਆਪਣੇ ਮੈਨੂੰ ਲੱਗਦਾ ਕਿ ਮੈਂ ਆਪਣੇ ਹਸਬੈਂਡ ਨੂੰ ਦੱਸਦਾ ਸੋ ਉਹਨਾਂ ਨੇ ਕਿਹਾ ਨਹੀਂ ਤੂੰ ਇਸ ਤਰ੍ਹਾਂ ਬਿਲਕੁਲ ਨਹੀਂ ਕਰੇਂਗੀ ਔਰ ਜੇ ਤੂੰ ਕਰੇਂਗੀ ਤਾਂ ਮੇਰਾ ਮੂੰਹ ਮੇਰਾ ਮਰਿਆ ਮੂੰਹ ਦੇਖੇਂਗੀ ਸੋ ਕਹਿੰਦੀ ਮੈਂ ਉੱਥੇ ਹੀ ਚੁੱਪ ਹੋ ਗਈ ਔਰ ਮੈਂ ਹੁਣ ਮੈਨੂੰ ਨਹੀਂ ਸਮਝ ਆਉਂਦੀ ਕਿ ਇਸ ਤਰ੍ਹਾਂ ਹੀ ਜ਼ਿੰਦਗੀ ਨਿਕਾਲੀ ਜਾਵਾਂ ਹਾਲੇ ਕੋਈ ਬੱਚਾ ਨਹੀਂ ਹੈ ਕਿ ਮੈਨੂੰ ਦੱਸ ਦੇਣਾ ਚਾਹੀਦਾ ਸ਼ੁਡ ਆਈ ਕਮ ਆਊਟ ਕਿਉਂਕਿ ਇੱਥੇ ਮੈਂ ਜਿਹੜੀ ਜੋਬ ਕਰ ਰਹੀ ਹਾਂ ਉੱਥੇ ਮੇਰੇ ਇੱਕ ਹੋਰ ਕੋਈ ਕੁਲੀਗ ਹੈਗੇ ਹੈ ਜਿਹੜੀ ਕਿ ਲੇਡੀ ਹੈ ਔਰ ਉਹਨੂੰ ਮੈਂ ਸਾਰੀ ਗੱਲ ਦੱਸੀ ਹੈ ਉਹ ਪੰਜਾਬੀ ਨਹੀਂ ਹੈ ਬਟ ਉਹਦੀ ਗਰਲਫ੍ਰੈਂਡ ਹੈਗੀ ਹੈ ਔਰ ਉਹ ਦੋਨੋਂ ਇਕੱਠੇ ਪਾਰਟਨਰਸ ਵਾਂਗੂ ਰਹਿੰਦੇ ਹੈ ਉਹ ਮੈਨੂੰ ਬਹੁਤ ਸਪੋਰਟ ਵੀ ਕਰਦੀ ਹੈ ਔਰ ਕਹਿੰਦੀ ਹੈ ਕਿ ਤੂੰ ਗਲਤ ਜ਼ਿੰਦਗੀ ਜੀ ਰਹੀ ਹੈ ਤੂੰ ਘੁੱਟ ਘੁੱਟ ਕੇ ਜੀ ਰਹੀ ਹੈ ਅਗਰ ਇੱਕ ਵਾਰੀ ਦੱਸ ਦੇਂਗੀ ਨਾ ਤਾਂ ਬੜਾ ਰਿਲੀਫ ਮਿਲੇਗਾ ਤੈਨੂੰ ਉਹ ਲਾਈਫ ਤੇਰੇ ਵਾਸਤੇ ਠੀਕ ਹੋਏਗੀ ਸੋ ਕਹਿੰਦੀ ਪਰ ਮੈਂ ਆਪਣੇ ਆਪ ਇਹ ਡਿਸਾਈਡ ਨਹੀਂ ਕਰ ਪਾ ਰਹੀ ਕਿ ਮੈਂ ਕਿਸੇ ਨੂੰ ਦੱਸਾਂ ਕਿ ਮੇਰੀ ਕਮਿਊਨਿਟੀ 'ਚ ਮੈਂ ਦੱਸਾਂਗੀ ਅਤੇ ਹੋਰ ਪ੍ਰੋਬਲਮ ਹੋ ਜਾਣਗੀਆਂ ਜਿਹੜੀਆਂ ਹੁਣ ਹੈ ਇੱਕ ਇੰਨਾ ਹੀ ਹੈ ਕਿ ਹਾਂਜੀ ਉੱਪਰ ਉੱਪਰੋਂ ਸਭ ਚਲੀ ਜਾ ਰਿਹਾ ਅੰਦਰੋਂ ਘੁੱਟ ਘੁੱਟ ਕੇ ਹਸਬੈਂਡ ਨੂੰ ਵੀ ਪਤਾ ਕਿ ਪੂਰੀ ਤਰ੍ਹਾਂ ਨਹੀਂ ਮੈਂ ਇਨਵੋਲਵ ਹੋ ਪਾਉਂਦੀ ਪਰ ਸਮ ਹਾਓ ਕਿਸੇ ਤਰ੍ਹਾਂ ਝਗੜਦੇ ਵੀ ਹਾਂ ਲੜਦੇ ਵੀ ਹਾਂ ਫਿਰ ਉੱਥੇ ਹੀ ਪਹੁੰਚ ਜਾਂਦੇ ਹਾਂ ਕੋਈ ਆਮ ਜੀ ਇੱਕ ਪਾਰਟਨਰਸ਼ਿਪ ਹੈਗੀ ਹੈ ਪਰ ਕੋਈ ਇੰਨੀ ਜ਼ਿਆਦਾ ਇੰਟੀਮੇਟ ਨਹੀਂ ਹੈ ਸੋ ਸਭ ਨੂੰ ਇਹ ਪੁੱਛ ਰਹੀ ਹਾਂ ਕਿ ਕੀ ਇੰਝੀ ਜ਼ਿੰਦਗੀ ਬਿਤਾ ਦਾਂ ਇਸ ਤਰ੍ਹਾਂ ਹੀ ਰਵਾਂ ਹੋ ਸਕਦਾ ਮੈਂ ਇਹਦੇ ਵਿੱਚ ਬਹੁਤ ਬਿਮਾਰ ਵੀ ਹੋ ਜਾਂ ਡਿਪਰੈਸ ਹੋ ਜਾਂ ਪਰ ਕਿ ਜਿਸ ਤਰ੍ਹਾਂ ਮੇਰੀ ਫਰੈਂਡ ਦੱਸ ਰਹੀ ਹੈ ਕਿ ਮੈਨੂੰ ਦੱਸ ਦੇਣਾ ਚਾਹੀਦਾ ਕੀ ਕਹਿੰਦੇ ਹੋ ਇਹਨਾਂ ਨੂੰ ਜ਼ਰੂਰ ਕਾਲ ਕਰੋ ਇਹਨੂੰ ਔਰ ਮੈਂ ਜਿਸ ਤਰ੍ਹਾਂ ਸ਼ੇਅਰ ਕਰਾਂ ਕਿ ਭਾਵੇਂ ਮੈਂ ਯੂ ਨੋ ਮੋਸਟਲੀ ਤੁਹਾਨੂੰ ਪਤਾ ਹੈ ਕਿ ਮੈਂ ਕਲੀਨਿਕਲ ਸਾਈਕੋਲੋਜਿਸਟ ਦੀ ਯੂ ਨੋ ਪੜ੍ਹਾਈ ਕੀਤੀ ਹੈ ਟ੍ਰੇਨਿੰਗ ਕੀਤੀ ਹੈ ਪ੍ਰੈਕਟਿਸ ਕੀਤੀ ਹੈ ਇੰਡੀਆ ਦੇ ਵਿੱਚ ਇੱਥੇ ਮੈਂ ਨਹੀਂ ਪ੍ਰੈਕਟਿਸ ਕੀਤੀ ਸੋ ਪਾਰਟ ਆਫ ਆਰ ਟ੍ਰੇਨਿੰਗ ਇਜ਼ ਕਿ ਤੁਸੀਂ ਕਿਸ ਤਰ੍ਹਾਂ ਕੋਈ ਜਦੋਂ ਆਪਣੀ ਗੱਲ ਦੱਸਦਾ ਤਾਂ ਤੁਹਾਨੂੰ ਅਸਰ ਨਾ ਹੋਏ ਯੂ ਨੋ ਤਾਂ ਕਿ ਤੁਸੀਂ ਆਪਣੇ ਆਪ ਨੂੰ ਉਹਨੂੰ ਅਲੱਗ ਰੱਖ ਸਕੋ ਤਾਂ ਕਿ ਤੁਸੀਂ ਖੁਦ ਇਮੋਸ਼ਨਲ ਹੋਵੋਗੇ ਤਾਂ ਕਿਵੇਂ ਹੈਲਪ ਕਰੋਗੇ ਸੋ ਉਹ ਮੇਰੇ ਬੜੇ ਫਾਇਦੇ 'ਚ ਰਿਹਾ ਉਹ ਟ੍ਰੇਨਿੰਗ ਕਿਉਂਕਿ ਇੱਥੇ ਆ ਕੇ 10 ਸਾਲਾਂ ਤੋਂ ਅਸੀਂ ਇਸ ਤਰ੍ਹਾਂ ਦੇ ਕੇਸਿਸ ਕਰ ਰਹੇ ਹਾਂ ਜਿਹੜੇ ਕਈ ਕਈ ਬੜੇ ਇਮੋਸ਼ਨਲ ਕੇਸਿਸ ਹੁੰਦੇ ਆ ਔਰ ਕਈ ਇੰਨੇ ਇਮੋਸ਼ਨਲ ਵੀ ਨਹੀਂ ਹੁੰਦੇ ਦੂਰੋਂ ਦੇਖੋ ਤਾਂ ਬਟ ਜਿਹੜਾ ਬੰਦਾ ਉਸ 'ਤੇ ਵਿੱਚ ਹੁੰਦਾ ਭੁਗਤ ਰਿਹਾ ਹੁੰਦਾ ਜਿਹੜਾ ਉਹਨੂੰ ਯੂ ਨੋ ਐਕਸਪੀਰੀਅੰਸ ਕਰ ਰਿਹਾ ਹੁੰਦਾ ਉਹ ਉਸ ਬਾਰੇ ਬਹੁਤ ਭਾਵੁਕ ਹੋਇਆ ਹੁੰਦਾ ਇਮੋਸ਼ਨਲ ਹੋਇਆ ਹੁੰਦਾ ਅਤੇ ਉਹ ਬਹੁਤ ਸਾਰਾ ਜਿਹੜਾ ਆਪਣੀ ਇਮੋਸ਼ਨਸ ਜਦੋਂ ਸ਼ੇਅਰ ਕਰਦੇ ਹਨ ਤਾਂ ਬੜਾ ਓਵਰਵੈਲਮਿੰਗ ਹੋ ਜਾਂਦਾ ਕਦੀ ਅਤੇ ਮੈਨੂੰ ਲੱਗਦਾ ਕਿ ਮੇਰੀ ਇਹ ਟ੍ਰੇਨਿੰਗ ਕੰਮ ਆਈ ਇਹਨਾਂ 10 ਸਾਲਾਂ 'ਚ ਕਿ ਮੈਨੂੰ ਉਹ ਚੀਜ਼ ਆਪਣੇ ਆਪ ਨੂੰ ਇੱਕ ਨਵੇਕਲਾ ਰੱਖਣ ਦਾ ਕਾਫੀ ਹੈਲਪ ਕੀਤਾ ਪਰ ਸਮ ਹਾਓ ਕੇਸਿਸ ਲਾਈਕ ਦੀਸ ਜਿਵੇਂ ਉਹ ਮੈਨੂੰ ਬੋਲ ਰਹੀ ਸੀ ਔਰ ਜਿਸ ਤਰ੍ਹਾਂ ਉਹਦਾ ਰੋਣਾ ਨਿਕਲ ਗਿਆ ਮੈਨੂੰ ਲੱਗਦਾ ਕਿ ਮੇਰੇ ਵੀ ਨਾ ਇੱਕ ਅੰਦਰ ਇੱਕ ਅਜੀਬ ਜੀ ਰੈਸਟਲੈਸਨੈਸ ਜਿਹਨੂੰ ਕਹਿੰਦੇ ਆ ਮੈਂ ਐਕਸਪੀਰੀਅੰਸ ਕੀਤੀ ਜਿਹਦੇ 'ਚ ਮੈਨੂੰ ਲੱਗਦਾ ਕਿ ਹਾਂ ਇੱਕ ਕੌਨਸ਼ੀਅਸਲੀ ਮੈਂ ਕਹਿ ਕਿ ਨਹੀਂ ਮੈਂ ਉਸ ਜਗ੍ਹਾ ਇਮੋਸ਼ਨਲ ਨਹੀਂ ਹੋਣਾ ਕਿਉਂਕਿ ਮੈਂ ਉੱਥੇ ਬੈਠੀ ਹਾਂ ਇੱਕ ਮੀਡੀਏਟਰ ਇੱਕ ਯੂ ਨੋ ਮੋਡਰੇਟਰ ਇੱਕ ਕਾਊਂਸਲਰ ਦੀ ਜਗ੍ਹਾ ਜਿੱਥੇ ਮੈਂ ਸਿਰਫ ਸ਼ੇਅਰ ਕਰਨੀ ਹੈ ਚੀਜ਼ ਸਾਰਿਆਂ ਨਾਲ ਔਰ ਪੁੱਛਣਾ ਕਿ ਹਾਂ ਤੁਸੀਂ ਕੀ ਕਹਿੰਦੇ ਹੋ ਪਰ ਸਮ ਹਾਓ ਮੇਰਾ ਇਹ ਸ਼ੇਅਰ ਕਰਨ ਦਾ ਸਿਰਫ ਇਹ ਮਤਲਬ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਬਹੁਤ ਹੀ ਐਕਸਟ੍ਰੀਮਲੀ ਜਿਹੜੀ ਫਰਸਟੇਟਿੰਗ ਔਰ ਇਮੋਸ਼ਨਲ ਸਟੇਟ ਦੇ ਵਿੱਚ ਇਹ ਲੇਡੀ ਨਿਕਲ ਰਹੀ ਹੈ ਇਸ ਵੇਲੇ ਕਿਉਂਕਿ ਉਹਨੇ ਜਦੋਂ ਸ਼ੇਅਰ ਕੀਤਾ ਔਰ ਜਿਸ ਉਹਦੇ ਨਾਲ ਕਿ ਮੈਨੂੰ ਪਤਾ ਨਹੀਂ ਕਿ ਮੈਂ ਕੀ ਕਰਾਂ ਕਦੀ ਕਦੀ ਇੰਝ ਵੀ ਲੱਗਦਾ ਕਿ ਮਤਲਬ ਮੈਂ ਇਸੇ ਤਰ੍ਹਾਂ ਜਲਦੀ ਜਾਂਦੀ ਨਾ ਕਈ ਵਾਰੀ ਇੰਝ ਲੱਗ ਰਿਹਾ ਹੁੰਦਾ ਕਿ ਮੈਂ ਜਾਵਾਂ ਔਰ ਮਤਲਬ ਰੱਬ ਹੀ ਕੁਛ ਸੰਭਾਲ ਲਏ ਪਰ ਇਹ ਨਹੀਂ ਕਿ ਇੱਕ ਅਜੀਬ ਜਿਹਾ ਬੁੱਝ ਗਿਆ ਲਾਈਫ ਇੰਨੀ ਚਹਿਕਦੀ ਸਕੂਲ ਕਾਲਜ ਜੋ ਵੀ ਮੈਂ ਉਹਨਾਂ ਨੂੰ ਪੁੱਛ ਰਹੀ ਸੀ ਕਿ ਕਿਸ ਤਰ੍ਹਾਂ ਦੀ ਪਰਸਨੈਲਿਟੀ ਸੀ ਪਹਿਲੇ ਅਤੇ ਬੜੀ ਅੱਛੀ ਚਹਿਕ ਵਾਲੀ ਬਸ ਇਹੀ ਸੀਗਾ ਕਿ ਮੈਂ ਥੋੜ੍ਹੀ ਹਟ ਕੇ ਹਾਂ ਪਰ ਮੈਨੂੰ ਲੱਗਦਾ ਸੀ ਸ਼ਾਇਦ ਮੈਂ ਸੈਂਸੀਬਲ ਜ਼ਿਆਦਾ ਕਿ ਜਿਹੜੀਆਂ ਕੁੜੀਆਂ ਕਰਦੀਆਂ ਨਾ ਸ਼ਾਇਦ ਤਾਂ ਮੈਂ ਨਹੀਂ ਕਰਦੀ ਕਿਉਂਕਿ ਮੈਂ ਜ਼ਿਆਦਾ ਸਿਆਣੀ ਹਾਂ ਬਟ ਹੁਣ ਮੈਨੂੰ ਲੱਗਦਾ ਕਿ ਮੈਂ ਰੱਬ ਨੇ ਮੈਨੂੰ ਅਲੱਗ ਬਣਾਇਆ ਗਿਲਾ ਵੀ ਹੈ ਰੱਬ ਤੋਂ ਪਰ ਕਰਾਂ ਕਿ ਉਹ ਰਸਤਾ ਬਿਲਕੁਲ ਨਜ਼ਰ ਨਹੀਂ ਆ ਰਿਹਾ ਕੀ ਕਹਿੰਦੇ ਹੋ ਜ਼ਰੂਰ ਜ਼ਰੂਰ ਕਾਲ ਕਰੋ ਗੱਲ ਕਰੋ ਇਹਨਾਂ ਨਾਲ ਕਿਉਂਕਿ ਅਸੀਂ ਬੜੀ ਵਾਰੀ ਮੁੰਡਿਆਂ ਬਾਰੇ ਗੱਲ ਕਰ ਚੁੱਕਿਆ ਇਸ ਮੰਚ ਦੇ ਉੱਤੇ ਮੈਨੂੰ ਯਾਦ ਹੈ ਕਿ ਜਦੋਂ ਸ਼ੁਰੂਆਤ ਕਰੀ ਤੀ ਸੀ ਗੱਲ ਦੀ ਔਰ ਇੱਕ ਕੇਸ ਆਇਆ ਸੀ ਸਾਨੂੰ ਖੁਦ ਉਹਨਾਂ ਨੇ ਦੱਸਿਆ ਸੀ ਅਤੇ ਸਾਡੀ ਰਾਏ ਵੀ ਹੋਰ ਹੁੰਦੀ ਸੀ ਕਿ ਨੈਚੁਰਲ ਨਹੀਂ ਹੈ ਤੁਸੀਂ ਯੂ ਨੋ ਗੱਲ ਕਰੋ ਉਹ ਕਰੋ ਬਟ ਸਮ ਹਾਓ ਓਵਰ ਦ ਈਅਰਸ
ਅਸੀਂ ਇਸ ਗੱਲ ਨੂੰ ਮੰਨਣ ਲੱਗ ਗਏ ਕਿ ਹਾਂ ਇੱਕ ਚੀਜ਼ ਹੈਗੀ ਹੈ ਕੁਦਰਤ ਵੱਲੋਂ ਹੈ, ਰੱਬ ਨੇ ਤੁਹਾਨੂੰ ਇਸ ਤਰ੍ਹਾਂ ਬਣਾਇਆ ਅਤੇ ਤੁਸੀਂ ਯੂ ਨੋ ਉਹਦੇ ਬਾਰੇ ਸ਼ਰਮਿੰਦਗੀ ਦੀ ਗੱਲ ਨਹੀਂ ਹੈ ਔਰ ਬਾਕੀ ਸਾਰਿਆਂ ਨੂੰ ਸਪੋਰਟ ਕਰਨਾ ਚਾਹੀਦਾ ਇੱਥੇ ਤੱਕ ਪਹੁੰਚੇ। ਪਰ ਕੁੜੀ ਜਿਹੜੀ ਕਿ ਵਿਆਹ ਵੀ ਕਰ ਚੁੱਕੀ ਹੈ ਉਸ ਤਰ੍ਹਾਂ ਦਾ ਬਹੁਤ ਹੀ ਅਸੀਂ ਨਹੀਂ ਗੱਲ ਕੀਤੀ ਹੋਈ ਔਰ ਉਹ ਕਿਸ ਤਰ੍ਹਾਂ ਦੀ ਫਰਸਟ੍ਰੇਸ਼ਨ 'ਚੋਂ ਨਿਕਲ ਰਹੀ ਹੈ ਇਹ ਮੈਂ ਤੁਹਾਡੇ ਨਾਲ ਕੋਸ਼ਿਸ਼ ਕੀਤੀ ਹੈ ਕਿ ਮੈਂ ਸ਼ੇਅਰ ਕਰ ਸਕਾਂ। ਤੁਸੀਂ ਪਲੀਜ਼ ਜ਼ਰੂਰ ਕੀ ਕਹੋਗੇ ਇਹਨਾਂ ਨੂੰ? ਇਹਨਾਂ ਦਾ ਇਸ ਵੇਲੇ ਸਵਾਲ ਇਹੀ ਹੈ ਕਿ ਮੈਨੂੰ ਇੰਝ ਹੀ ਜ਼ਿੰਦਗੀ ਬਿਤਾ ਦੇਣੀ ਚਾਹੀਦੀ ਹੈ ਜਾਂ ਫਿਰ ਮੈਨੂੰ ਦੱਸ ਦੇਣਾ ਚਾਹੀਦਾ ਹੈ? ਕੀ ਮੈਨੂੰ ਕੁਛ ਰਿਲੀਫ ਮਿਲੇਗਾ? ਕੀ ਮੈਂ ਅਨਫੇਅਰ ਨਹੀਂ ਹੋ ਰਹੀ ਆਪਣੇ ਹਸਬੈਂਡ ਨਾਲ ਨਾ ਦੱਸ ਕੇ ਵੀ? ਸੋ ਇਹ ਸਾਰੇ ਸਵਾਲ ਹੈ ਜਿਹੜੇ ਜ਼ਰੂਰ ਜ਼ਰੂਰ ਕਾਲ ਕਰਕੇ ਇਸ ਬਾਰੇ ਗੱਲ ਕਰੋ। ਇੰਝ ਕਰਦੀਆਂ ਹਟ ਕੇ ਸਵਾਲ ਹੈ, ਹਟ ਕੇ ਇੱਕ ਰੇਅਰ ਕੇਸ ਸਾਡੇ ਕੋਲ ਆਇਆ, ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ। ਤੁਸੀਂ ਸੋਚ ਕੇ ਰੱਖੋ ਕੀ ਕਹੋਗੇ ਅਤੇ ਜ਼ਰੂਰ ਕਾਲ ਕਰੋ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ, ਬਹੁਤ ਸੰਜੀਦਾ ਗੱਲ ਹੈ ਕਿਉਂਕਿ ਐਸੀ ਸਿਚੁਏਸ਼ਨ ਜਿਹੜੀ ਕਿ ਸ਼ਾਇਦ ਉਹਨਾਂ ਨੂੰ ਕੋਈ ਰਾਏ ਨਹੀਂ ਮਿਲ ਰਹੀ, ਕੋਈ ਸਹੇਲੀਆਂ ਤੋਂ, ਕਿਸੇ ਹੋਰ ਤੋਂ ਸੋਚ ਵੀ ਨਹੀਂ ਸਕਦੇ ਕਿ ਉਹ ਕੋਈ ਰਾਏ ਦੇਗਾ, ਇਸ ਪਿੱਛੇ ਸ਼ੇਅਰ ਨਹੀਂ ਕਰ ਰਹੇ। ਔਰ ਅਸੀਂ ਜਾਣਦੇ ਹਾਂ ਕਿ ਜਦ ਕੋਈ ਗੱਲ ਐਸੀ ਹੋਏ ਜਿਹਨੂੰ ਸ਼ੇਅਰ ਨਾ ਕਰ ਸਕੋ ਉਹ ਬਹੁਤ ਭਾਰ ਬਣ ਕੇ, ਬਹੁਤ ਬਰਡਨ ਬਣ ਕੇ ਸਾਨੂੰ ਤੰਗ ਕਰਦੀ ਹੈ। ਸੋ ਗੁੱਡ, ਐਟਲੀਸਟ ਉਹਨਾਂ ਨੇ ਕਿਸੇ ਨਾਲ ਸ਼ੇਅਰ ਕੀਤਾ ਇਸ ਵੇਲੇ। ਸਾਲ ਤੋਂ ਕਰ ਰਹੇ ਨੇ ਪਰ ਇਸ ਔਰ ਇਹਨਾਂ ਚੀਜ਼ਾਂ 'ਚ ਆਈ ਥਿੰਕ ਵੀ ਕੈਨ ਨੈਵਰ ਪੁਸ਼। ਸੋ ਮੈਂ ਵੀ ਸੁਣ ਰਹੀ ਸੀ ਪਰ ਮੈਂ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਯੂ ਨੋ ਦੱਸੋ ਬਾਹਰ ਜਾਂ ਨਹੀਂ ਦੱਸੋ। ਹੁਣ ਉਹ ਕਹਿੰਦੇ ਨੇ ਮੈਨੂੰ ਸਾਰਿਆਂ ਦੀ ਰਾਏ ਚਾਹੀਦੀ ਹੈ ਕਿ ਕੀ ਕਹਿੰਦੇ ਨੇ ਸਾਰੇ, ਦੱਸ ਤਾਂ ਇਜ਼ ਇਟ ਫੇਅਰ ਔਰ ਨਾਟ। ਲੈਟ ਮੀ ਸੀ ਕੀ ਕਹਿ ਰਹੇ ਨੇ ਸਾਰੇ। ਹੈਲੋ ਹੈਲੋ ਹਰਵਨ ਜੀ। ਹਾਂਜੀ, ਕੌਣ ਬੋਲ ਰਹੇ ਹੋ ਜੀ? ਮੈਂ ਡੈਣਾ ਪਲੱਸ ਤੋਂ ਲੱਜੇਵੰਤੀ ਬੋਲ ਰਹੀ ਹਾਂ ਜੀ। ਹਾਂਜੀ, ਸਵਾਗਤ ਹੈ, ਦੱਸੋ। ਦੱਸਦੇ ਆ ਵੀ ਸਾਡੇ ਘਰ ਚ ਪ੍ਰੋਬਲਮ ਨਹੀਂ ਖਤਮ ਹੁੰਦੀ, ਮੈਂ ਬਹੁਤ ਪਰੇਸ਼ਾਨ ਆ। 3 ਸਾਲ ਹੋ ਗਏ ਵੋਟੀ ਆਈ ਨੂੰ। ਹਾਂਜੀ, 3 ਸਾਲ ਹੋ ਗਏ ਵੋਟੀ ਆਈ ਨੂੰ ਇੱਥੇ। ਅੱਛਾ ਜੀ, 3 ਸਾਲ ਹੋ ਗਏ ਨੇ, ਨਾ ਤਾਂ ਉਹਨੂੰ ਸਬਜ਼ੀ ਬਣਾਉਣੀ ਹੁੰਦੀ ਆ, ਨਾ ਰੋਟੀ ਬਣਾਉਣੀ, ਕੰਮ ਘਰ ਦਾ ਕੰਮ ਵੀ ਕੋਈ ਨਹੀਂ ਕਰਨਾ। ਤੁਹਾਡੇ ਨਾਲ ਮੈਂ ਬਣਾਉਣੀ ਆ। ਓਕੇ, ਤੇ ਰੋਟੀ ਮੈਂ ਬਣਾਉਣੀ ਆ, ਤੇ ਰਾਤ ਦੇ ਫੁਲਕੇ ਕਲਾਉਣੇ ਜਾਂ ਆਟਾ ਗੁੰਨਣਾ ਹੈ ਜਾਂ ਰਾਤ ਦੇ ਭਾਂਡੇ, ਕੋਈ ਇਹਨੇ ਕੰਮ ਕਰਨਾ, ਸਾਰਾ ਕੰਮ ਮੈਂ ਕਰਾਂ, ਕੱਪੜੇ ਧੋਣੇ। ਲਾਜਵੰਤੀ ਜੀ, ਹੋਲਡ ਔਨ ਹੋਲਡ ਔਨ, ਅਸੀਂ ਜਿਹੜੀ ਗੱਲ ਅੱਜ ਕਰ ਰਹੇ ਹਾਂ ਉਹਦੇ ਬਾਰੇ ਕੀ ਕਹੋਗੇ? ਮੈਂ ਤੁਹਾਨੂੰ ਤੁਹਾਡੀ ਗੱਲ ਬਾਰੇ ਬਾਅਦ ਵਿੱਚ ਕਾਲ ਕਰਾਂਗੀ। ਇਸ ਉਹਦੇ ਬਾਰੇ ਕੀ ਬਸ ਇਹ ਹੋਈ ਹੈ ਹੁਣ ਸੰਸਾਰ ਦੇ ਵਿੱਚ ਇਹੋ ਚੱਲਦਾ ਹੁੰਦਾ, ਜਿੰਨੇ ਅਸੀਂ ਮੈਂ ਉਹ ਕੇ ਸਾਨੂੰ 8 ਦਿਨ ਹੋ ਗਏ ਨੇ, ਕੁੱਟ ਚੰਗਾ ਕੁੱਟਿਆ ਕੀਤਾ, ਪੁਲਿਸ ਕੇਸ ਵੀ ਕੀਤਾ, ਬਹੁਤ ਕੁਝ ਸਾਡੇ ਨਾਲ ਹੋਇਆ, ਅਸੀਂ ਆਪ ਦੁਖੀ ਹਾਂ, ਅਸੀਂ ਕਿਸੇ ਦਾ ਕੀ ਦੱਸਾਂਗੇ? ਕਿਹਨੂੰ ਕੁੱਟਿਆ ਤੁਸੀਂ? ਨੂੰ ਸਾਡੀ ਨੇ ਸਾਨੂੰ, ਉੱਤੇ ਤੁਹਾਨੂੰ ਦੋਹਾਂ ਜੀਆਂ ਨੂੰ। ਓਕੇ, ਮੈਂ ਸ਼ੋਅ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਦੀ ਆ, ਮੈਂ ਨੰਬਰ ਨੋਟ ਕਰ ਲਿਆ ਤੁਹਾਡਾ। ਸੋ ਅੱਜ ਜੋ ਅਸੀਂ ਗੱਲ ਕਰ ਰਹੇ ਆ ਉਸ ਘੰਟੇ ਨੂੰ ਅਸੀਂ ਇਹਨਾਂ ਦੇ ਵੱਲ ਯੂ ਨੋ ਇੱਕ ਤਰ੍ਹਾਂ ਨਾਲ ਡੈਡੀਕੇਟ ਕੀਤਾ, ਪਲੀਜ਼ ਉਹਦੇ ਬਾਰੇ ਆਨਸਰ ਕਰੋ। ਔਰ ਕਿਸੇ ਨੂੰ ਵੀ ਕੋਈ ਹੋਰ ਗੱਲ ਅਗਰ ਲੱਗਦਾ ਹੈ ਕਿ ਇਹ ਸਵਾਲ ਹੈ, ਆਪਣੀ ਸਿਚੁਏਸ਼ਨ ਸ਼ੇਅਰ ਕਰਨੀ ਹੈ, ਉਹ ਮੈਨੂੰ ਕਾਲ ਕਰ ਸਕਦੇ ਹੋ ਸ਼ੋਅ ਤੋਂ ਬਾਅਦ, ਮੈਨੂੰ ਨੰਬਰ ਲੀਵ ਕਰੋ ਸਟੂਡੀਓ ਦੇ ਵਿੱਚ, ਮੈਂ ਕਾਲ ਬੈਕ ਕਰਾਂਗੀ ਜਾਂ ਫਿਰ ਈਮੇਲ ਰੱਖੋ। ਲੈਟ ਮੀ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਬਲਕਾਰ ਸਿੰਘ ਬੋਲ ਰਿਹਾ ਜੀ। ਹਾਂਜੀ ਬਲਕਾਰ ਸਿੰਘ ਜੀ, ਦੱਸੋ ਕੀ ਕਹਿੰਦੇ ਹੋ? ਹਾਂਜੀ, ਮੈਂ ਸਭ ਤੋਂ ਪਹਿਲਾਂ ਤਾਂ ਇਸ ਲੜਕੀ ਨੂੰ ਮੈਂ ਕੰਗ੍ਰੈਚੁਲੇਸ਼ਨ ਦੇਣਾ ਕਿ ਇਹ ਅਮਰੀਕਾ ਪਹੁੰਚ ਗਏ ਨੇ। ਅੱਛਾ ਜੀ। ਹਾਂਜੀ, ਕਿਉਂਕਿ ਇਸ ਕੰਟਰੀ 'ਚ ਆਪਣੀ ਫ੍ਰੀ ਲਾਈਫ ਰਹਿ ਸਕਦੇ ਨੇ, ਕਿਉਂਕਿ ਉਸ ਦਾ ਕਸੂਰ ਨਹੀਂ, ਇੱਕ ਨੇਚਰ ਹੈ, ਨੇਚਰ ਦਾ ਬਣਾਇਆ ਹੋਇਆ ਕੁਦਰਤ ਦਾ ਨਿਯਮ ਹੈ, ਉਸ ਹਿਸਾਬ ਨਾਲ ਦੁਨੀਆ ਚੱਲਦੀ ਹੈ। ਸੋ ਤੁਸੀਂ ਮੰਨਦੇ ਹੋ? ਤੇ ਹਾਂਜੀ, ਤੇ ਇਸ ਨੂੰ ਮੈਂ ਰਾਏ ਇਹ ਦਿਆਂਗਾ ਵੀ ਸਭ ਤੋਂ ਪਹਿਲਾਂ ਆਪਣੇ ਹਸਬੈਂਡ ਨਾਲ ਸਾਰੀ ਗੱਲ ਖੋਲ ਦੇ, ਕੋਈ ਲੇਟ ਕਰਨ ਦੀ ਜ਼ਰੂਰਤ ਨਹੀਂ ਇਹਦੇ 'ਚ। ਅੱਛਾ, ਆਪਣੇ ਹਸਬੈਂਡ ਨਾਲ ਗੱਲ ਕਰੇ, ਹਸਬੈਂਡ ਤੇ ਫਿਰ ਇਹ ਨਾਲ ਦੋਨੇ ਮਿਲ ਕੇ ਆਪਣੀ ਫੈਮਿਲੀ ਦੇ ਮੈਂਬਰ ਦੇ ਨਾਲ ਗੱਲ ਕਰਨ, ਸਾਰੀ ਉਹਨਾਂ ਨੂੰ ਦੱਸਣ ਔਰ ਆਪਣੇ ਆਪ ਨੂੰ ਫਿਰ ਸੈਪਰੇਟ ਕਰ ਲਏ ਤੇ ਆਪਣੀ ਫ੍ਰੀ ਲਈ ਜ਼ਿੰਦਗੀ ਜੀਵੇ, ਤੇ ਪਹਿਲਾਂ ਹਸਬੈਂਡ ਜੋ ਤਾਂ ਕਿ ਉਹ ਲੇਟ ਨਾ ਹੋਵੇ, ਉਹ ਆਪਣੀ ਕਿਤੇ ਮੈਰਿਜ ਕਰ ਲਏ, ਆਪਣੀ ਲਾਈਫ ਨੂੰ ਅੱਗੇ ਚਲਾਉਣ ਵਾਲਾ ਬਣੇ, ਤੇ ਇਹੀ ਸਭ ਤੋਂ ਵਧੀਆ ਜਿਹੜਾ ਮੈਥਡ ਹੈ, ਕਿਉਂਕਿ ਇਹਦੇ 'ਚ ਸ਼ਰਮ ਵਾਲੀ ਗੱਲ ਨਹੀਂ, ਇਹਦੇ 'ਚ ਕੋਈ ਸੋਚਣ ਵਾਲੀ ਗੱਲ ਨਹੀਂ ਕਿ ਮੈਂ ਡਰਾਂ ਜਾਂ ਮੈਨੂੰ ਉਹ ਹੋਏਗਾ ਜੇ ਹੋਏਗਾ, ਨਥਿੰਗ ਵਾਲਾ। ਆਪਾਂ ਆਈ ਕੰਗਰੈਚੁਲੇਟ ਹਰ ਟੂ ਪੇਰੀ ਜੋ ਕਿ ਅਮੈਰੀਕਾ 'ਚ ਆ ਗਏ ਨੇ ਅਤੇ ਬੜੀ ਸੋਹਣੀ ਜ਼ਿੰਦਗੀ ਜੀ ਸਕਦੇ ਨੇ, ਅਤੇ ਕੁਦਰਤ ਦਾ ਨਿਯਮ ਕੋਈ ਇੱਦਾਂ ਦੀ ਗੱਲ ਨਹੀਂ, ਉਹਨਾਂ ਨੂੰ ਹਸਬੈਂਡ ਨੂੰ ਮਤਲਬ ਆਪਣੀ ਲਾਈਫ ਜੀਣ ਦਿਓ ਅਤੇ ਆਪਣੇ ਆਪਣੇ ਢੰਗ ਨਾਲ ਸੋਹਣੀ ਲਾਈਫ ਜੀਵੇ।
ਇਹਦੇ ਚ ਇਹਦੀ ਬਿਹਤਰੀ ਹੈ ਤੇ ਸਾਰੇ ਫੈਮਿਲੀ ਮੈਂਬਰ ਬਾਅਦ ਚ ਫਿਰ ਥੋੜਾ ਟਾਈਮ ਪਾ ਕੇ ਹੌਲੀ ਹੌਲੀ ਸਾਰੇ ਇਹਦੇ ਨਾਲ ਸੁਜੈਸਟ ਕਰ ਲੈਣਗੇ ਇਦਾਂ ਦੀ ਕੋਈ ਗੱਲ ਨਹੀਂ ਬਹੁਤ ਵਧੀਆ ਬਲਕਾਰ ਸਿੰਘ ਜੀ ਥੈਂਕ ਯੂ ਫਾਰ ਕਾਲਿੰਗ ਔਰ ਕੁਝ ਹੋਰ ਵੀ ਧਿਆਨ ਆਏ ਨਾ ਡਿਊਰਿੰਗ ਦ ਸ਼ੋ ਪਲੀਜ਼ ਜ਼ਰੂਰ ਕਾਲ ਕਰਕੇ ਤੁਸੀਂ ਸਾਡੇ ਨਾਲ ਸ਼ਾਮਿਲ ਹੋਇਓ ਬੜਾ ਸਪੋਰਟ ਸਭ ਤੋਂ ਬੈਸਟ ਵਾਰੀ ਵੇ ਇਹੀ ਹੈ ਜੋ ਮੈਂ ਦੱਸਿਆ ਨਾ ਇਸ ਤੋਂ ਇਲਾਵਾ ਹੋਰ ਕੋਈ ਚਾਂਸ ਨਹੀਂ ਮਤਲਬ ਕਿ ਆਪਣੇ ਬਾਕੀ ਟਾਈਮ ਦੇ ਨਾਲ ਸਾਰਾ ਕੁਝ ਠੀਕ ਹੋ ਜਾਏਗਾ ਫਿਰ ਇਦਾਂ ਦੀ ਗੱਲ ਨਹੀਂ ਸੋ ਡਰੇ ਨਾ ਔਰ ਹਾਂ ਡਰਨ ਦਾ ਕੋਈ ਚੱਕਰ ਹੀ ਹੈ ਨਹੀਂ ਜੀ ਇਹਦੇ ਤੋਂ ਕੋਈ ਚੱਕਰ ਹੀ ਨਹੀਂ ਡਰਨ ਇਸ ਲਈ ਮਗਰ ਤੁਸੀਂ ਅਮੈਰੀਕਾ ਆ ਗਏ ਤੁਸੀਂ ਆਪਣੀ ਫਰੀ ਜ਼ਿੰਦਗੀ ਜਿਉ ਆਪਣੇ ਪਰਿਵਾਰ ਨਾਲ ਵੀ ਵਰਤੋ ਜਿਹੜਾ ਨਹੀਂ ਵਰਤੇਗਾ ਤੇ ਨਾ ਤੈਨੂੰ ਉਹਨੂੰ ਕੋਈ ਠੀਕ ਹੋ ਕੇ ਮਾੜਾ ਚੰਗਾ ਕਹਿਣ ਦੀ ਜ਼ਰੂਰਤ ਹੀ ਨਹੀਂ ਦੈਟਸ ਇਟ ਬੀ ਇਨ ਯੋਰ ਓਨ ਵੇ ਦੈਟਸ ਇਟ ਬਹੁਤ ਵਧੀਆ ਬਲਕਾਰ ਸਿੰਘ ਜੀ ਦੇਖਦੇ ਆ ਹੋਰ ਸਾਰੇ ਕੀ ਕਹਿ ਰਹੇ ਥੈਂਕ ਯੂ ਸੋ ਮਚ ਵੈਰੀ ਸਪੋਰਟਿਵ ਆਨਸਰ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਹੈਲੋ ਜੀ ਹਾਂਜੀ ਬੜੀ ਦੁਖੀ ਦੁਖੀ ਆਤਮਾ ਨੇ ਤੁਹਾਡੇ ਕੋਲੋਂ ਆਉਂਦੀਆਂ ਆਈ ਨੋ ਸ਼ੀ ਇਜ਼ ਐਵਰੀਵੇਅਰ ਸ਼ੀ ਇਜ਼ ਟਾਕਿੰਗ ਦਿਸ ਸਬਜੈਕਟ ਆਈ ਡੋਨਟ ਨੋ ਵਾਟ ਹੈਪਨ ਟੂ ਹਰ ਹਾਂਜੀ ਐਸਾ ਹੈ ਅਰਵਿੰਦ ਜੀ ਕਿ ਉਹ ਤੇ ਵੈਸੇ ਤਾਂ ਬੜਾ ਅਨਫੇਅਰ ਹੈ ਜੋ ਕਰ ਰਹੀ ਹੈ ਉਹਨੂੰ ਦੱਸ ਦੇਣਾ ਚਾਹੀਦਾ ਕਿ ਮੇਰੀ ਇਹ ਮੈਂ ਤੁਹਾਡੇ ਨਾਲ ਇਨਵੋਲਵ ਨਹੀਂ ਹੋ ਸਕਦੀ ਵੀ ਜੋ ਵੀ ਮੈਂ ਹੋ ਗਿਆ ਸ਼ਾਦੀ ਵੀ ਹੋ ਗਈ ਪਰ ਸਵਾਲ ਇਹ ਵੀ 3-4 ਸਾਲ ਉਹਦੀ ਸ਼ਾਦੀ ਨੂੰ ਹੋ ਗਏ ਬੱਚਾ ਵੀ ਨਹੀਂ ਹੋਇਆ ਕੋਈ ਵਜ੍ਹਾ ਤੇ ਹੋਏਗੀ ਨਾ ਜਾਂ ਤੇ ਉਹ ਨਹੀਂ ਚਾਹੁੰਦੀ ਜਾਂ ਉਹਦਾ ਹਸਬੈਂਡ ਨਹੀਂ ਚਾਹੁੰਦਾ ਉਹਨੇ ਕਦੀ ਨਹੀਂ ਪੁੱਛਿਆ ਉਹਦੇ ਹਸਬੈਂਡ ਨੇ ਉਹਨੂੰ ਕਦੀ ਸਵਾਲ ਨਹੀਂ ਕੀਤਾ ਵੀ ਤੇਰਾ ਜੀ ਨਹੀਂ ਕਰਦਾ ਮੇਰੇ ਨਾਲ ਥੋੜੀ ਜਿੰਨੀ ਨੂੰ ਬੰਦਿਸ਼ ਆ ਜਾਂਦੀ ਔਰ ਫਰਕ ਪੈ ਜਾਂਦਾ ਪਰ ਇਹ ਜਿਹੜੀ ਚੀਜ਼ ਹੈ ਕੁਦਰਤ ਦੀ ਹੈ ਔਰ ਇਹ ਭਗਵਾਨ ਨੂੰ ਜੋ ਮਨਜ਼ੂਰ ਸੀ ਜੋ ਉਹਦੇ ਵਿੱਚ ਆਇਆ ਇਹਦੇ ਵਿੱਚ ਤਾਂ ਕਾਉਂਸਲਿੰਗ ਵੀ ਨਹੀਂ ਕਰ ਸਕਦੀ ਕਿਉਂਕਿ ਉਹ ਵੀ ਨਹੀਂ ਕੁਛ ਕਰ ਸਕਦੇ ਵੀ ਤੂੰ ਆਪਣਾ ਧਿਆਨ ਇਸ ਪਾਸੋਂ ਹਟਾ ਉਹ ਵੀ ਨਹੀਂ ਹੋ ਸਕਦਾ ਤੇ ਇਸ ਕਰਕੇ ਠੀਕ ਹੈ ਕਿ ਉਸਨੂੰ ਦੱਸ ਦੇਵੇ ਕਿ ਵੀ ਮੇਰੀ ਅਟਰੈਕਸ਼ਨ ਨਹੀਂ ਹੈ ਪਰ ਸਵਾਲ ਇਹ ਹੈ ਕਿ ਇਹ ਕਿਸੇ ਔਰਤ ਨਾਲ ਤੇ ਇਨਵੋਲਵ ਨਹੀਂ ਹੈ ਨਾ ਅਜੇ ਨਹੀਂ ਨਹੀਂ ਹੈ ਸੋ ਜਸਟ ਲੈਟ ਹਰ ਲੀਡ ਹਰ ਲਾਈਫ ਉਹਨੂੰ ਦੱਸ ਦੇਵੇ ਜ਼ਿਆਦਾ ਠੀਕ ਹੈ ਬਜਾਏ ਦੇ ਕਿ ਘੁੱਟ ਘੁੱਟ ਕੇ ਹਰ ਵਕਤ ਨਾ ਉਹਦੀ ਲਾਈਫ ਵੀ ਨਾ ਉਹ ਇੰਜੋਏ ਕਰ ਪਾਏ ਨਾ ਇਹ ਇੰਜੋਏ ਕਰ ਪਾਏ ਉਹਦਾ ਤੇ ਕੀ ਫਾਇਦਾ ਹੋਇਆ ਉਸ ਜ਼ਿੰਦਗੀ ਦਾ ਦੱਸਣਾ ਤੈਨੂੰ ਚਾਹੀਦਾ ਠੀਕ ਹੈ ਹਾਲਾਂਕਿ ਬੜੀ ਗਲਤ ਚੀਜ਼ ਹੈ ਵੈਰੀ ਅਨਨੈਚੁਰਲ ਲਾਈਫ ਜੋ ਵੀ ਹੈ ਪਰ ਜੇ ਕਿਸੇ ਔਰਤ ਨਾਲ ਇਨਵੋਲਵ ਨਹੀਂ ਹੈ ਤੇ ਉਹ ਤੇ ਬਿਲਕੁਲ ਠੀਕ ਗੱਲ ਹੈ ਇੰਜ ਹੀ ਇਕੱਲੀ ਰਹਿ ਲਵੇ ਠੀਕ ਹੈ ਕੋਈ ਇੰਟਰਸਟ ਨਹੀਂ ਆਦਮੀਆਂ ਦੇ ਵਿੱਚ ਤਾਂ ਨਾ ਸੀ ਕੋਈ ਫਰਕ ਨਹੀਂ ਪੈਂਦਾ ਪਰ ਇਹ ਅੱਗੋਂ ਦੇਖੋ ਬਾਕੀ ਤਾਂ ਤੁਹਾਡੇ ਵਿਊਵਰਸ ਕੀ ਕਹਿੰਦੇ ਆ ਹਾਂ ਪਰ ਨਾ ਦੱਸਣ ਨਾਲ ਸਾਰੀ ਜ਼ਿੰਦਗੀ ਇੰਜ ਉਹ ਬੱਚੇ ਇਹਨਾਂ ਦੀ ਲਾਈਫ ਜਿਹੜੀ ਹੈ ਬਚੇਗੀ ਨਹੀਂ ਇਸ ਤਰ੍ਹਾਂ ਸੋ ਝੂਠ ਦੀ ਜ਼ਿੰਦਗੀ ਹੈ ਇਹਨਾਂ ਵੇ ਉਹ ਝੂਠ ਦੀ ਜ਼ਿੰਦਗੀ ਹੈ ਫੇਕ ਜ਼ਿੰਦਗੀ ਉਹ ਫਿਰ ਇੱਕ ਨਾ ਇੱਕ ਦਿਨ ਐਂਡ ਹੋ ਜਾਣੀ ਹੈ ਠੀਕ ਹੈ ਸੁਦਰਸ਼ਨ ਜੀ ਹੋਰ ਵੀ ਕੁਝ ਧਿਆਨ ਆਏ ਜ਼ਰੂਰ ਜ਼ਰੂਰ ਕਾਲ ਕਰੋ ਬਹੁਤ ਚੀਜ਼ਾਂ ਆਉਂਦੀ ਹਨ ਜ਼ਿੰਦਗੀ ਦੇ ਵਿੱਚ ਆਈ ਡੋਨਟ ਨੋ ਆਈ ਨੋ ਨੋ ਪਰ ਜਿਸ ਤਰ੍ਹਾਂ ਵੀ ਤੁਸੀਂ ਜਿਹੜੀਆਂ ਸਾਰੀਆਂ ਚੀਜ਼ਾਂ ਸੁਣਦੇ ਹੋ ਹਾਂ ਨਹੀਂ ਸੱਚੀ ਉਹ ਦੂਰੋਂ ਦੇਖੋ ਨਾ ਤੇ ਲੱਗਦਾ ਕਿ ਹਾਂ ਸਿੰਪਲ ਗੱਲ ਹੈ ਜਿਵੇਂ ਬਲਕਾਰ ਸਿੰਘ ਜੀ ਨੇ ਵੀ ਕਿਹਾ ਲੱਗਦਾ ਕਿ ਵਾਕਈ ਯਾਰ ਦੱਸੇ ਤੇ ਆਪਣਾ ਵੀ ਦੁੱਖ ਖਤਮ ਕਰੇ ਤੇ ਉਹ ਪਰ ਓਵਰਆਲ ਜਿਸ ਤਰ੍ਹਾਂ ਕਹਿੰਦੀ ਹੈ ਕਿ ਮੈਂ ਪਹਿਲੇ ਜ਼ਿਕਰ ਹਲਕਾ ਜਿਹਾ ਕਦੀ ਵਿਆਹ ਤੋਂ ਪਹਿਲੇ ਵੀ ਕੀਤਾ ਆਪਣੇ ਪੇਰੈਂਟਸ ਦੇ ਸਾਹਮਣੇ ਆਪਣੀ ਮਦਰ ਦੇ ਸਾਹਮਣੇ ਤੇ ਕਹਿੰਦੇ ਰਿਐਕਸ਼ਨ ਇਹੀ ਮਿਲਿਆ ਚੀਜ਼ਾਂ ਹੈਗੀਆਂ ਜੇ ਮੈਂ ਬੜੀਆਂ ਸਾਰੀਆਂ ਇੱਧਰ ਉੱਧਰੋਂ ਸੁਣੀਆਂ ਪਿੱਛੇ ਕੋਈ ਕਿਸੇ ਦਾ ਆਰਟੀਕਲ ਪੜ੍ਹ ਰਹੀ ਸੀ ਕਿ ਜਦੋਂ ਸ਼ਾਦੀ ਹੋ ਗਈ ਉਸ ਹਸਬੈਂਡ ਦੀ ਵਾਈਫ ਦੀ ਤਾਂ ਉਹਦੀ ਵਾਈਫ ਨੇ ਸ਼ਿਕਾਇਤ ਕੀਤੀ ਆਪਣੇ ਹਸਬੈਂਡ ਨੂੰ ਉਹਦੇ ਹਸਬੈਂਡ ਵੀ ਸੀਗੀ ਇੱਕ ਅਸਰ ਸ਼ਿਕਾਇਤ ਕੀਤੀ ਵੀ ਤੂੰ ਸ਼ਾਦੀ ਕਿਉਂ ਕੀਤੀ ਅਗਰ ਤੇਰਾ ਖਿਆਲ ਦੂਜਾ ਲੜਕਿਆਂ ਦੇ ਵੱਲ ਸੀਗਾ ਤੇ ਜੀ ਉਹ ਕਹਿੰਦਾ ਨਹੀਂ ਮੇਰਾ ਦੋਨੋਂ ਵੱਲੋਂ ਤੂੰ ਮੇਰੀ ਸ਼ਿਕਾਇਤ ਕਰ ਹੀ ਨਹੀਂ ਸਕਦੀ ਕਿਉਂਕਿ ਮੈਂ ਬੱਚੇ ਪੈਦਾ ਕਰਨ ਦੇ ਕਾਬਿਲ ਹਾਂ ਮਤਲਬ ਬੜੀਆਂ ਦੁਖੀ ਦੁਖੀ ਜ਼ਿੰਦਗੀਆਂ ਨੇ ਮੇਰਾ ਕਹਿਣ ਦਾ ਹੈ ਮਤਲਬ ਹੈ ਜੀ 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 ਬਹੁਤ ਦੁਖੀ ਲੋਕ ਨੇ ਚਲੋ ਦੇਖੋ ਬਾਕੀ ਵਿਊਵਰ ਕੀ ਕਹਿੰਦੇ ਨੇ ਮੇਰੇ ਖਿਆਲ ਚ ਉਹਨੂੰ ਦੱਸ ਦੇਣਾ ਚਾਹੀਦਾ ਬਜਾਏ ਦੇ ਕਿ ਘੁੱਟ ਘੁੱਟ ਕੇ ਜੀਏ ਔਰ ਸਿੰਗਲ ਲਾਈਫ ਆਪਣੇ ਲੀਡ ਕਰੇ ਠੀਕ ਹੈ ਜੀ 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 ਥੈਂਕ ਯੂ ਸੋ ਮਚ ਸੁਦਰਸ਼ਨ ਜੀ ਜ਼ਰੂਰ ਯੂ ਨੋ ਕੁਝ ਹੋਰ ਵੀ ਧਿਆਨ ਆਏ ਕਾਲ ਮੀ ਬੈਕ ਸੋ ਬੜੇ ਸਾਰੇ ਬੜੀ ਯੂ ਨੋ ਇੱਕ ਸਟ੍ਰੇਟ ਵੇ ਤੇ ਸਭ ਦਾ ਇਹੀ ਆਨਸਰ ਆ ਰਿਹਾ ਕਿ ਦੱਸ ਦੇਣਾ ਚਾਹੀਦਾ ਕਿਉਂਕਿ ਤੁਹਾਡੇ ਵਾਸਤੇ ਵੀ ਫੇਅਰ ਨਹੀਂ ਹੈ ਬੰਦੇ ਵਾਸਤੇ ਵੀ ਫੇਅਰ ਨਹੀਂ ਹੈ ਕਿਉਂਕਿ ਉਹਨੂੰ ਲੱਗਦਾ ਕਿ ਐਵਰੀ ਯੂ ਨੋ ਇੰਟੀਮੇਟ ਰਿਲੇਸ਼ਨਸ਼ਿਪ ਇੱਕ ਤਰ੍ਹਾਂ ਹੈ ਕਿ ਮੇਰੇ ਨਾਲ ਜ਼ਬਰਦਸਤੀ ਹੋ ਰਹੀ ਹੈ ਮੈਂ ਬਿਲਕੁਲ ਇਨਵੋਲਵ ਨਹੀਂ ਹਾਂ ਔਰ ਮੈਂ ਸ਼ਾਇਦ ਉਹਦੇ ਵਾਸਤੇ ਵੀ ਫੇਅਰ ਨਹੀਂ ਹਾਂ ਹਸਬੈਂਡ ਵਾਸਤੇ ਕਿ ਹੀ ਡਿਜ਼ਰਵਸ ਬੈਟਰ ਪਰ ਉਹਨੂੰ ਇਹ ਵੀ ਲੱਗਦਾ ਹੈ ਕਿ ਦੱਸਣ ਨਾਲ ਸ਼ਾਇਦ ਬਹੁਤ ਪੁਆੜੇ ਪੈ ਜਾਣਗੇ ਪੰਗਾ ਪੈ ਜਾਏਗਾ ਕਿਉਂਕਿ ਇਹਦੇ ਪੇਰੈਂਟਸ ਤੋਂ ਇਹਨੂੰ ਆਪਣੇ ਪੇਰੈਂਟਸ ਦਾ ਹੋਰ ਜ਼ਿਆਦਾ ਡਰ ਹੈ ਕਿ ਉਹਨਾਂ ਨੇ ਕੀ ਕਹਿਣਾ ਕਿ ਤੂੰ ਤੈਨੂੰ ਕਿਉਂਕਿ ਇਹ ਕਹਿੰਦੀ ਹੈ ਕਿ ਮੈਂ ਜ਼ਿਕਰ ਕੀਤਾ ਸੀ ਮਾਂ ਨਾਲ ਪਹਿਲੇ ਹੁਣ ਵੀ ਕਰ ਚੁੱਕੀ ਹੈ
ਫੋਨ ਤੇ ਉਹਨਾਂ ਨਾਲ ਕਿ ਮੈਂ ਦੱਸਣ ਲੱਗੀ ਆ ਤੇ ਉਹਨਾਂ ਨੇ ਬਿਲਕੁਲ ਰੋਕਤਾ। ਸੋ ਗੋਇੰਗ ਅਗੇਂਸਟ ਹਰ ਓਨ ਪੇਰੈਂਟਸ ਥੋੜੀ ਮੁਸ਼ਕਿਲ ਹੋਈ ਹੋਈ ਹੈ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਯੂ ਡੋਨਟ ਗੋ ਐਨੀਵੇਅਰ ਐਂਡ ਕਾਲ। ਸਾਰਿਆਂ ਦਾ ਫਿਰ ਸਵਾਗਤ ਹੈ। ਜਿੱਥੇ ਨਾਲ ਨਾਲ ਅਸੀਂ ਇੰਟੈਂਸਿਟੀ ਦੀ ਗੱਲ ਕਰ ਰਹੇ ਹਾਂ, ਯੂ ਨੋ ਇਮੋਸ਼ਨਲ ਇੰਟੈਂਸਿਟੀ ਜਿਹੜੀ ਦੇ ਨਾਲ ਉਹ ਫੀਲ ਕਰ ਰਹੀ ਹੈ ਇਸ ਵੇਲੇ, ਥੈਂਕ ਯੂ ਕਿ ਤੁਸੀਂ ਸਾਰੇ ਕਾਲ ਕਰ ਰਹੇ ਹੋ। ਜਿੰਨਾ ਵੀ ਕੁਛ ਕਹਿਣਾ ਚਾਹੋ ਜ਼ਰੂਰ ਕਾਲ ਕਰੋ। ਇਸ ਤੋਂ ਪਹਿਲੇ ਕਿ ਮੈਂ ਹੋਰ ਕਾਲਸ ਲਾਂ, ਮੈਂ ਇੰਨਾ ਵੀ ਹੋਰ ਇੱਕ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਕੱਲ੍ਹ ਅਸੀਂ ਇੱਕ ਅਟਰਨੀ ਪ੍ਰੀਤ ਗਿੱਲ ਹੈਗੇ ਹਾਂ ਜਿਹੜੇ ਸਾਡੇ ਨਾਲ ਬੈਠਣਗੇ, ਐਂਡ ਵੀਲ ਬੀ ਟੋਕਿੰਗ ਅਬਾਊਟ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਸਾਡੀ ਇਮੀਗ੍ਰੈਂਟ ਕਮਿਊਨਿਟੀ ਇਸ ਵੇਲੇ ਕੀ ਫੇਸ ਕਰ ਰਹੀ ਹੈ। ਬਹੁਤ ਜਿਹੜੇ ਆਈਸ ਦੇ ਰੇਡਸ ਪੈ ਰਹੀਆਂ ਔਰ ਰਾਊਂਡ ਅਪ ਕਰ ਰਹੇ ਹੈ ਲੋਕਾਂ ਨੂੰ, ਉਹਦੇ ਵਿੱਚ ਨੋ ਯੋਰ ਰਾਈਟ ਕਿ ਤੁਹਾਡੇ ਹੱਕ ਕੀ ਹੈ, ਉਹਦੇ ਬਾਰੇ ਅਸੀਂ ਕੱਲ੍ਹ ਗੱਲ ਕਰਾਂਗੇ ਅਟਰਨੀ ਨਾਲ। ਬਹੁਤ ਜ਼ਰੂਰੀ ਹੈ ਇਸ ਪੀਰੀਅਡ 'ਚ, ਬਹੁਤ ਹੀ ਇਸ ਘੜੀ ਦੀ ਡਿਮਾਂਡ ਹੈ, ਕਿਉਂਕਿ ਬਹੁਤ ਜ਼ਿਆਦਾ ਉਸ ਚੀਜ਼ ਦਾ ਤੁਸੀਂ ਸੁਣਿਆ ਹੋਣਾ ਨਿਊਜ਼ ਦੇ ਵਿੱਚ ਕਿ ਰਾਊਂਡ ਅਪ ਹੋ ਰਿਹਾ। ਸੋ ਕੱਲ੍ਹ ਜ਼ਰੂਰ ਜੁੜਿਓ। ਕੋਈ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਭੈਣ ਭਰਾ ਫਰੈਂਡ ਕੋਈ ਵੀ ਅਨਡਾਕੂਮੈਂਟਡ ਜਾਂ ਯੂ ਨੋ ਉਸ ਵਿੱਚੋਂ ਨਿਕਲ ਰਹੇ ਹੈ, ਸੋ ਉਹਨਾਂ ਦੇ ਹੱਕ ਕੀ ਹੈ, ਤੁਸੀਂ ਅਸੀਂ ਉਹਦੇ ਬਾਰੇ ਕੱਲ੍ਹ ਡਿਟੇਲ 'ਚ ਗੱਲ ਕਰਾਂਗੇ ਸ਼ੋਅ 'ਤੇ। ਸੋ ਡੂ ਜੁਆਇਨ, ਯੂ ਹੈਵ ਕੁਐਸਚਨਸ, ਵੀ ਕੈਨ ਆਨਸਰ ਕੁਐਸਚਨਸ ਟੂ। ਸੋ ਅਟਰਨੀ ਪ੍ਰੀਤ ਗਿੱਲ ਦੇ ਨਾਲ ਅੱਜ ਤਾਂ ਵਾਪਸ ਆਉਂਦੇ ਹਾਂ। ਲੈਟਸ ਸੀ ਸਾਰੇ ਕੀ ਕਰ ਰਹੇ ਹੈ ਕਹਿ ਰਹੇ ਹੈ, ਕਿਉਂਕਿ ਬੜਾ ਜ਼ਰੂਰੀ ਹੈ ਹਾਲੇ ਤੱਕ ਜੋ ਕਹਿ ਰਹੇ ਹੈ ਕਿ ਦੱਸਣਾ ਚਾਹੀਦਾ, ਪਰ ਬਹੁਤ ਇੰਪੋਰਟੈਂਟ ਇਹ ਵੀ ਲੱਗਦਾ ਹੈ ਕਿ ਕਦੋਂ ਦੱਸਣਾ ਚਾਹੀਦਾ, ਯੂ ਹੈਵ ਟੂ ਬੀ ਰੀਅਲੀ ਰੈਡੀ, ਐਂਡ ਕਿਸ ਤਰ੍ਹਾਂ ਦੱਸਣਾ ਚਾਹੀਦਾ ਉਹ ਵੀ ਅਗਰ ਤੁਸੀਂ ਥੋੜ੍ਹਾ ਜਿਹਾ ਆਈਡੀਆ ਦਿਵੋ ਇਹਨਾਂ ਨੂੰ ਤਾਂ ਇਟ ਵਿਲ ਬੀ ਗੁੱਡ। ਲੈਟਸ ਸੀ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਗੁਰਦੀਪ ਬੋਲਦਾ ਜੀ। ਹਾਂਜੀ ਗੁਰਦੀਪ ਜੀ, ਦੱਸੋ ਕੀ ਕਹਿੰਦੇ ਹੋ। ਦੇਖੋ ਜੀ, ਇਹ ਗੱਲ ਸੁਣ ਕੇ ਵੀ ਬੱਤੀ ਦਾ ਤਾਂ ਇਹਦੇ ਵਿੱਚ ਕੋਈ ਕਸੂਰ ਨਹੀਂ ਹੈ, ਇਹ ਤਾਂ ਗੋਡ ਵੱਲੋਂ ਜਾਂ ਸਾਇੰਟਿਸਟ ਲੋਕ ਸਮਝਦੇ ਵੀ ਕੀ ਹਾਰਮੋਨਸ ਦੀ ਜਾਂ ਕਿੱਦਾਂ, ਉਹਦੇ ਪਿੱਛੇ ਆਪਾਂ ਜਾਣਾ ਹੀ ਨਹੀਂ। ਅੱਛਾ, ਮੈਂ ਤੇ ਇਹ ਬੱਚੀ ਨੂੰ ਇਹ ਸਲਾਹ ਦਿਆਂਗਾ ਕਿ ਆਪਣੀ ਤਕਦੀਰ ਖੁਦ ਲਿਖਣੀ ਪਵੇਗੀ, ਇਹ ਕੋਈ ਚਿੱਠੀ ਤਾਂ ਹੈ ਨਹੀਂ ਵੀ ਜਿਹੜੀ ਤੁਸੀਂ ਕਿਸੇ ਕੋਲ ਖਾ ਲਓਗੇ। ਸੋ ਜੇ ਇਸ ਤਰ੍ਹਾਂ ਵਾਹਿਗੁਰੂ ਵੱਲੋਂ ਹੀ ਜਾਂ ਪਰਮਾਤਮਾ ਵੱਲੋਂ ਜਾਂ ਜੋ ਵੀ ਇਹਦੇ ਪਿੱਛੇ ਸਾਇੰਸ ਆ, ਜੇ ਏਦਾਂ ਰੱਬ ਨੇ ਬਣਾਇਆ ਤੇ ਇਹਨਾਂ ਨੂੰ ਮੈਂ 100% ਕਹਿੰਦਾ ਕਿ ਆਪਣੇ ਦਿਲ ਦੀ ਗੱਲ ਦੱਸ ਦੇਣੀ ਚਾਹੀਦੀ ਆ, ਕਿਉਂਕਿ ਪਿੰਜਰੇ 'ਚ ਬੰਦ ਕਦੋਂ ਤੱਕ ਰਹੋਗੇ, ਜ਼ਿੰਦਗੀ ਤਾਂ ਇੱਕੋ ਵਾਰ ਮਿਲਦੀ ਹੈ ਨਾ ਸਾਰਿਆਂ ਨੂੰ, ਤੇ ਲੋਕਾਂ ਨੇ ਤੁਹਾਡੇ ਨਾਲ ਨਹੀਂ ਜਾਣਾ। ਕੌਣ ਦਿੱਤਾ ਹੈ ਉਮਰ ਭਰ ਕਾ ਸਹਾਰਾ, ਲੋਕ ਤੋ ਜਨਾਜੋ ਮੇਂ ਵੀ ਕੰਧੇ ਬਦਲਤੇ ਰਹਤੇ ਹੈ। ਸੋ ਪਰਵਾਹ ਨਾ ਕਰੋ ਲੋਕ ਕਿਆ ਕਹੇਗੇ, ਲੋਕ ਕਿਆ ਕਹੇਗੇ, ਜ਼ਿੰਦਗੀ ਇੱਕ ਵਾਰੀ ਬੱਚੇ ਮਿਲੀ ਹੈ, ਇਹਨੂੰ ਜਿੱਦਾਂ ਤੁਸੀਂ ਮੰਨਣਾ ਚਾਹੁੰਦੇ ਹੋ ਆਪਣੇ ਆਪ ਮਾਣੋ, ਆਪਣੀ ਤਕਦੀਰ ਆਪ ਲਿਖੋ, ਦਿਲ ਦੀ ਗੱਲ ਸਾਫ਼ ਕਹਿ ਦਿਓ। ਇਹ ਵਿਚਾਰੀ ਦਾ ਤਾਂ ਮੈਂ ਇੱਕ ਸ਼ੇਰ ਪੜ੍ਹਦਾ ਤੇ, ਕਸੂਰ ਤੋਂ ਬਹੁਤ ਕੀਏ ਥੇ ਜ਼ਿੰਦਗੀ ਮੇਂ, ਮਗਰ ਸਜ਼ਾ ਵਹਾਂ ਮਿਲੀ ਜਹਾਂ ਬੇਕਸੂਰ ਥੇ। ਸੋ ਬੱਚੇ ਦੱਸ ਦਿਓ, ਪਰਵਾਹ ਨਹੀਂ, ਇੱਕੋ ਵਾਰੀ ਲਾਈਫ ਮਿਲੀ ਆ, ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜੀਓ, ਆਪਣਾ ਰਿਮੋਟ ਕੰਟਰੋਲ ਆਪਣੀ ਜ਼ਿੰਦਗੀ ਦਾ ਕਦੇ ਦੂਜੇ ਬੰਦੇ ਦੇ ਹੱਥ ਵਿੱਚ ਨਾ ਦਿਓ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਗੁਰਦੀਪ ਜੀ। ਔਰ ਗੁਰਦੀਪ ਜੀ ਦੀ ਗੱਲ ਤੋਂ ਇਹ ਬੜੀ ਇੱਕ ਗੱਲ ਧਿਆਨ ਆਉਂਦੀ ਹੈ ਕਿ ਪਹਿਲੀ ਚੀਜ਼ ਹੈ ਕਿ ਰੱਬ ਨੇ ਬਣਾਇਆ ਅਤੇ ਐਕਸੈਪਟੈਂਸ, ਆਪਣਾ ਸੈਲਫ ਲਵ ਐਂਡ ਐਕਸੈਪਟੈਂਸ ਚਾਹੀਦੀ। ਜਿਵੇਂ ਕਹਿੰਦੇ ਨਾ ਹਾਲੇ ਗਿਲਾ ਚੱਲ ਰਿਹਾ ਕਿ ਰੱਬ ਨੇ ਕਿਉਂ ਬਣਾਇਆ, ਆਈ ਨੋ ਬਹੁਤ ਮੁਸ਼ਕਿਲ ਹੋਣਾ, ਅਸੀਂ ਤਾਂ ਇਮੈਜਿਨ ਵੀ ਨਹੀਂ ਕਰ ਸਕਦੇ ਕਿ ਕਿਸ ਯੂ ਨੋ ਮੈਂਟਲ ਸਟੇਟ ਤੋਂ ਤੁਸੀਂ ਗੁਜ਼ਰ ਰਹੇ ਹੋਗੇ, ਬਟ ਸਮ ਹਾਓ ਕੋਈ ਵੀ ਜਦੋਂ ਇਸ਼ੂ ਹੁੰਦਾ ਹੈ ਉਹਦੇ 'ਚ ਫਸਟ ਸਟੈਪ ਜਿਹੜਾ ਨਾ ਉਹ ਐਕਸੈਪਟੈਂਸ ਹੈ ਆਪਣੀ ਆਪਣੇ ਹਾਲਾਤਾਂ ਨਾਲ। ਰੱਬ ਨੇ ਬਣਾਇਆ ਪਹਿਲੇ ਤੁਸੀਂ ਖੁਦ ਆਪਣੇ ਆਪ ਐਕਸੈਪਟ ਕਰੋਗੇ ਤਾਂ ਫਿਰ ਬਹੁਤ ਸਟਰੈਂਥ ਮਿਲ ਜਾਂਦੀ ਹੈ ਕਿ ਕਿਸ ਤਰ੍ਹਾਂ ਉਹਨੂੰ ਫਿਰ ਅੱਗੋਂ ਡੀਲ ਕਿਵੇਂ ਕਰਨਾ ਉਹਦੇ ਨਾਲ, ਔਰ ਇਹਨਾਂ ਦੇ ਹਿਸਾਬ ਨਾਲ ਵੀ ਕਿ ਦੱਸ ਦੇਣਾ ਜ਼ਰੂਰੀ ਹੈ। ਸੋ ਕਿਸ ਤਰ੍ਹਾਂ ਦੱਸਣਾ ਉਹ ਵੀ ਮੈਂ ਸਾਰਿਆਂ ਨੂੰ ਪੁੱਛ ਰਹੀ ਹਾਂ, ਜ਼ਰੂਰ ਕਾਲ ਕਰੋ ਇਹਨਾਂ ਨਾਲ ਗੱਲ ਕਰਨ ਵਾਸਤੇ ਕਿ ਕੀ ਕਹਿਣਾ ਚਾਹੀਦਾ, ਕਿਸ ਤਰ੍ਹਾਂ ਉਹਨੂੰ ਅਪਰੋਚ ਕਿਵੇਂ ਕਰਨਾ ਹੈ, ਦੱਸਣ ਨੂੰ ਕਿਹਨੂੰ ਪਹਿਲੇ ਦੱਸਣਾ ਹੈ, ਸਪੋਰਟ ਸਿਸਟਮ ਕ੍ਰੀਏਟ ਕਰਨਾ ਹੈ ਜਾਂ ਕਿਵੇਂ ਕਰਨਾ। ਤੁਹਾਨੂੰ ਲੱਗਦਾ ਕਿ ਹਸਬੈਂਡ ਹੀ ਬੈਸਟ ਫਰੈਂਡ ਹੈ ਇਸ ਵੇਲੇ, ਸੋ ਉਹਨਾਂ ਨੂੰ ਦੱਸਣਾ ਕੀ ਤੁਸੀਂ ਸੋਚਦੇ ਹੋ, ਜ਼ਰੂਰ ਇਹਨਾਂ ਨੂੰ ਦੱਸੋ। ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਗਿਆਨ ਸਿੰਘ ਜੀ, ਦੱਸੋ। ਮੈਂ ਚਲੋ ਮੇਰੀ ਰਾਏ ਸਾਰਿਆਂ ਨਾਲ ਮਿਲਦੀ ਆ। ਹਾਂਜੀ, ਇੰਨੇ ਸਾਲ ਜਦੋਂ ਪਹਿਲਾਂ ਕੱਢ ਲਏ ਉਹਨੇ, ਹਾਂਜੀ, ਤੇ ਇਹਨੂੰ ਤਾਂ ਬਹੁਤ ਪਹਿਲਾਂ ਗੱਲ ਕਰ ਲੈਣੀ ਚਾਹੀਦੀ ਸੀ ਆਪਣੇ ਹਸਬੈਂਡ ਨਾਲ, ਹੈ ਨਾ। ਤੇ ਚਲੋ ਜਿੰਨਾ ਵੀ ਸਮਾਂ ਲੰਘ ਗਿਆ, ਹਸਬੈਂਡ ਵੀ ਜਾਣ ਗਿਆ ਹੀ ਹੋਊਗਾ, ਪਤਾ ਲੱਗ ਹੀ ਜਾਂਦਾ ਹੁੰਦਾ, ਠੀਕ ਨਹੀਂ, ਇਹਦਾ ਕਿਸ ਤਰ੍ਹਾਂ ਖਿਆਲ ਹੈ, ਕਿਸ ਤਰ੍ਹਾਂ ਨਹੀਂ ਹੈ, ਠੀਕ ਨਹੀਂ।
ਤੇ ਹੁਣ ਹਸਬੰਡ ਨਾਲ ਬਹਿ ਕੇ ਸਿੱਧੀ ਗੱਲ ਕਰ ਲਵੇ ਸਿੱਧੀ, ਠੀਕ ਨਹੀਂ, ਵੀ ਆਹ ਪੋਜੀਸ਼ਨ ਹੈਗੀ ਆ, ਵੀ ਤੁਸੀਂ ਤੁਹਾਡੇ ਤੇ ਹੀ ਆ, ਹੁਣ ਤੁਸੀਂ ਦੱਸੋ ਵੀ ਮੈਨੂੰ ਕੀ ਕਰਨਾ ਚਾਹੀਦਾ, ਠੀਕ ਨਹੀਂ, ਤੇ ਹਸਬੰਡ ਦੀ ਰਜਾਮੰਦੀ ਲਵੇ ਹੁਣ, ਤੇ ਉਹਦੇ ਹਿਸਾਬ ਨਾਲ ਫਿਰ ਹੁਣ ਜੋ ਇਹ ਚਾਹੁੰਦੀ ਆ ਆਪਣਾ ਦੱਸ ਕੇ, ਹੋ ਸਕਦਾ ਹੋਰ ਤਾਂ ਹੋਰ ਕੀ ਆਪਾਂ ਕਰ ਸਕਦੇ, ਠੀਕ ਨਹੀਂ, ਪਰ ਮਾਵਾਂ ਤਾਂ ਕਹਿੰਦੀਆਂ ਹੁੰਦੀਆਂ ਵੀ ਚਲੋ ਧੀ ਮੇਰੀ ਵੱਸ ਜਾਵੇ ਜਿੱਦਾਂ ਕੁਦਾਂ, ਪਰ ਜਿਹਨੇ ਵਸਣਾ ਉਹਦਾ ਵੀ ਦੇਖੋ ਨਾ ਵੀ ਉਹ ਕਿਸ ਸਾਲ ਦੇ ਵਸਦੀ ਪਈ, ਠੀਕ ਨਹੀਂ, ਇਸ ਕਰਕੇ ਉਹਦਾ ਮਾਂ ਦਾ ਵੀ ਏਡਾ ਫਰਜ਼ ਨਹੀਂ ਸੀ ਬਣਦਾ ਕਿ ਉਹਨੂੰ ਬਿਲਕੁਲ ਰੋਕ ਹੀ ਦੇਵੇ, ਕਿ ਹਾਂਜੀ ਉਹ ਵੀ ਨਹੀਂ ਸਬੂਤ, ਪਰ ਉਹ ਇਹ ਨਾ ਕੁਝ ਗਲਤ ਨਹੀਂ ਕਹਿ ਸਕਦੇ ਕਿਸ ਨੂੰ ਕਿ ਆਪਣੇ ਡਰ ਹੀ ਬੋਲਦੇ ਆ, ਆਪਣੇ ਡਰ ਹੀ, ਉਹਦੀ ਮਾਂ ਕਿੰਨੀ ਸਟਰੋਂਗ ਹੋਣੀ ਹੈ ਕਿ ਇਹ ਸਟੈਪ ਲੈ ਸਕੀ, ਉਹਨੇ ਕਿਹਾ ਦੱਬ ਦਿਓ, ਉਹੀ ਜਿਸ ਤਰ੍ਹਾਂ ਸਾਡੇ ਬੜਿਆਂ ਦੇ ਕੁਛ ਦੇਰ ਤੱਕ ਇੱਥੇ ਵੀ ਸੀ, ਪਰ ਇੰਡੀਆ ਹਾਲੇ ਵੀ ਕਈ ਘਰਾਂ 'ਚ ਹੋਣਾ ਵੀ ਨਹੀਂ ਆਪੇ ਫਰਕ ਵਸਾ ਦਾਂਗੇ ਤੇ ਆਪੇ ਬਦਲ ਜਾਏਗਾ, ਯੂ ਨੋ, ਜਿਸ ਤਰ੍ਹਾਂ ਉਸ ਤਰ੍ਹਾਂ ਦਾ ਕੋਸ਼ਿਸ਼ ਕਰੋ, ਉਹੀ ਮੈਂ ਦੱਸਿਆ ਤੁਹਾਨੂੰ, ਮਾਂ ਪਿਓ ਦਾ ਤਾਂ ਹੁੰਦਾ ਹੀ ਆ, ਬਾਕੀ ਇਹ ਹੁਣ ਜਦ ਆਪ ਹੀ ਆਪਣੇ ਆਪ ਨੂੰ ਸਮਝਦੀ ਆ ਕਿ ਮੈਂ ਨਹੀਂ ਮੁਸ਼ਕਿਲ ਹੈ ਮੇਰੇ ਲਈ, ਤੇ ਫੇਰ ਕਾਹਦੇ ਲਈ ਘੁੱਟ ਘੁੱਟ ਕੇ ਮਰਨ ਵਾਲੀ ਗੱਲ ਹੈ, ਠੀਕ ਨਹੀਂ, ਸ਼ੇਅਰ ਕਰ ਲਵੇ ਆਪਣੇ ਹਸਬੰਡ ਨਾਲ, ਠੀਕ ਨਹੀਂ, ਤੇ ਉਹ ਵੀ ਤੇ ਇਸ ਗੱਲ ਨੂੰ ਜਾਣਦਾ ਹੀ ਆ, ਤੇ ਫੇਰ ਆਪੂ ਜੇ ਫੈਸਲਾ ਕਰ ਲੈ ਜੋ ਹੋਵੇ, ਠੀਕ ਨਹੀਂ, ਇਹੀ ਹੈ ਤਰੀਕਾ, ਹੋਰ ਤਾਂ ਹੋ ਨਹੀਂ ਸਕਦਾ ਕੁਛ ਮੇਰੇ ਖਿਆਲ ਨਾਲ ਜੀ। ਓਕੇ, ਬਹੁਤ ਵਧੀਆ ਗਿਆਨ ਸਿੰਘ ਜੀ, ਹੋਰ ਵੀ ਕੋਈ ਗੱਲ ਹੋਏ ਜ਼ਰੂਰ ਕਾਲ ਬੈਕ ਕਰੋ, ਔਰ ਜਿਹੜੇ ਬਾਕੀ ਵੀ ਜ਼ਰੂਰ ਸ਼ੇਅਰ ਕਰੋ ਕਿ ਤੁਹਾਨੂੰ ਕੀ ਲੱਗਦਾ, ਔਰ ਕਿਉਂਕਿ ਅਸੀਂ ਬੜੀ ਵਾਰੀ ਬੰਦਿਆਂ ਦੀ ਗੱਲ ਕੀਤੀ ਹੈ ਇੱਥੇ, ਮੈਨੂੰ ਯਾਦ ਹੈ ਕਈ ਵਾਰੀ ਗੱਲ ਕਰ ਚੁੱਕਿਆ ਸੀ ਕਿ ਬੰਦਾ ਜਦੋਂ ਖੁਦ ਇੱਕ ਮੁੰਡਾ ਜਿਹੜਾ ਯੰਗ ਹਾਲੇ, ਉਹਨੇ ਆਪ ਵੀ ਸ਼ੇਅਰ ਕੀਤਾ ਸੀ, ਉਹਦੀ ਭੈਣ ਨੇ ਵੀ ਸ਼ੇਅਰ ਕੀਤਾ ਸੀ ਕਿ ਹਾਲੇ ਆਪਣੇ ਪੇਰੈਂਟਸ ਨੂੰ ਨਹੀਂ ਦੱਸ ਪਾ ਰਿਹਾ ਸੀ, ਯੂ ਨੋ, ਟੂ ਕਮ ਆਊਟ ਐਜ਼ ਅ ਗੇ ਪਰਸਨ, ਐਂਡ ਹਸਬੈਂਡ ਦੇ ਵੀ ਸਾਡੇ ਕੋਲ ਕੇਸ ਆਇਆ ਹੋਇਆ, ਉਹ ਹਾਲੇ ਤੱਕ ਕੁੜੀ ਸਾਨੂੰ ਲਿਖਦੀ ਹੈ ਜਿਹੜੀ ਕਿ ਲਿਖ ਰਹੀ ਸੀ ਕਿ ਮੁੰਡੇ ਨੇ, ਹਸਬੈਂਡ ਨੇ ਉਹਨੂੰ ਦੱਸਤਾ ਕਿ ਮੈਂ ਇਸ ਤਰ੍ਹਾਂ ਮੁੰਡਿਆਂ 'ਚ ਇੰਟਰਸਟਿਡ ਹਾਂ, ਅਤੇ ਉਸ ਤੋਂ ਬਾਅਦ ਪਰ ਉਹਨੇ ਹੈਲਪ ਕੀਤੀ ਉਹਨੂੰ ਉਹਦੇ ਗ੍ਰੀਨ ਕਾਰਡ ਪ੍ਰੋਵਾਈਡ ਕਰਨ ਨੂੰ, ਕਿ ਮੈਂ ਕਰਨਾ ਨਹੀਂ ਚਾਹੁੰਦਾ ਸੀ ਪਰ ਮੈਂ ਪੇਰੈਂਟਸ ਦੇ ਕਹੇ 'ਤੇ ਵਿਆਹ ਕਰਕੇ ਲੈ ਆਇਆ, ਸੋ ਮੈਂ ਇਹ ਗਲਤੀ ਕੀਤੀ ਹੈ, ਤੈਨੂੰ ਲੈ ਆਇਆ ਅਤੇ ਹੁਣ ਮੈਂ ਤੇਰੀ ਹੈਲਪ ਕਰਾਂਗਾ ਗ੍ਰੀਨ ਕਾਰਡ ਲੈਣ ਨੂੰ, ਸੋ ਉਹਦਾ ਹੋਰ ਕਿਤੇ ਵੀ ਵਿਆਹ ਹੋ ਗਿਆ ਪਰ ਉਹ ਹਾਲੇ ਵੀ ਮੈਨੂੰ ਲਿਖਦੀ ਹੈ। ਸੋ ਇਸ ਤਰ੍ਹਾਂ ਦੇ ਹੋਰ ਕੇਸਿਸ ਅਸੀਂ ਦੇਖੇ ਹਾਂ, ਪਰ ਕੁੜੀਆਂ ਜਿੱਥੇ ਉਹ ਮੇਰੇ ਕੋਲ ਪਹਿਲੇ ਕੋਈ ਨਹੀਂ ਸੀ ਆਇਆ, ਮੈਂ ਅੰਡਰਸਟੈਂਡ ਕਰ ਸਕਦੀ ਹਾਂ ਕਿ ਸਿਮਿਲਰ ਸਿਚੁਏਸ਼ਨ ਕੁੜੀਆਂ ਜਦੋਂ ਫੇਸ ਕਰਦੀਆਂ ਅਤੇ ਉਹਨਾਂ ਦੀਆਂ ਪ੍ਰੋਬਲਮਸ ਮਲਟੀਪਲਾਈਡ ਹੁੰਦੀਆਂ, ਉਹਨਾਂ ਦੀਆਂ ਪ੍ਰੋਬਲਮਸ ਮੱਚ ਮੋਰ ਹੈ ਕਿਉਂਕਿ ਇਹਨਾਂ ਦਾ ਡਰ ਜ਼ਿਆਦਾ ਹੈ, ਉਹਨਾਂ ਦਾ ਐਕਸੈਪਟੈਂਸ ਦਾ ਔਰ ਰਿਜੈਕਸ਼ਨ ਦਾ ਜਿਹੜਾ ਡਰ ਹੈ ਉਹ ਬਹੁਤ ਜ਼ਿਆਦਾ ਹੈ। ਸੋ ਜਿਸ ਇੰਟੈਂਸਿਟੀ ਨਾਲ ਉਹ ਸਾਲ ਉਹਨੇ ਕੱਢਤਾ ਈਵਨ ਮੇਰੇ ਨਾਲ ਗੱਲ ਕਰਦੇ ਕਰਦੇ, ਔਰ ਜਿਸ ਤਰ੍ਹਾਂ ਹੁਣ ਲੇਟੈਸਟ ਹੋਇਆ ਕਿ ਉਹ ਘੁੱਟ ਰਹੀ ਹੈ, ਅਤੇ ਸਾਰਿਆਂ ਦਾ ਬੜਾ ਉਹਨੂੰ ਸਪੋਰਟਿਵ ਜਵਾਬ ਜਾ ਰਿਹਾ, ਤੁਸੀਂ ਵੀ ਜ਼ਰੂਰ ਕਾਲ ਕਰੋ ਐਂਡ ਦੱਸੋ ਕਿ ਕੀ ਕਰਨਾ ਚਾਹੀਦਾ ਇਹਨੂੰ ਔਰ ਕਿਸ ਤਰ੍ਹਾਂ ਯੂ ਨੋ ਕਰਨਾ ਚਾਹੀਦਾ। ਆਈ ਥਿੰਕ ਉਹਨੂੰ ਬੜਾ ਜ਼ਰੂਰੀ ਹੈ ਕਿ ਉਹ ਪ੍ਰਿਪੇਅਰਡ ਰਹੇ, ਕਿ ਕਈ ਬੰਦੇ ਸ਼ਾਇਦ ਇਕਦਮ ਪਿਆਰ ਨਾਲ, ਜਿਵੇਂ ਤੁਸੀਂ ਸਾਰੇ ਪਿਆਰ ਨਾਲ ਕਹਿ ਰਹੇ ਹੋ ਕਿ ਰੱਬ ਦਾ ਭਾਣਾ ਹੈਗਾ ਮੰਨ ਲਓ ਔਰ ਐਕਸੈਪਟ ਕਰਨਾ ਪਏਗਾ, ਸ਼ਾਇਦ ਸਾਰੇ ਨਾ ਇੰਜ ਕਰਨ। ਸੋ ਇੱਕ ਪ੍ਰਿਪਰੇਸ਼ਨ ਚਾਹੀਦੀ ਹੈ ਕਿ ਕਈ ਨੈਗੇਟਿਵ ਰਿਸਪੌਂਸ ਵੀ ਹੋਣਗੇ। ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ, ਤੁਸੀਂ ਜ਼ਰੂਰ ਕਾਲ ਕਰੋ। ਸਾਰਿਆਂ ਦਾ ਫਿਰ ਸਵਾਗਤ ਹੈ। ਹੁਣ ਤੱਕ ਕਾਫੀ ਹੱਦ ਤੱਕ ਇਹੀ ਹੋ ਰਿਹਾ ਕਿ ਹਾਂ ਦੱਸ ਦਿਓ, ਸਾਰੇ ਐਕਸੈਪਟਿੰਗ ਹੈ ਇਸ ਵੇਲੇ, ਪਰ ਉਹੀ ਕਹਿੰਦੇ ਆ ਨਾ ਦੂਰੋਂ ਸਾਰੇ ਐਕਸੈਪਟਿੰਗ ਹੁੰਦੇ, ਪਰ ਆਪਣੇ ਘਰ ਆਏ ਤਾਂ ਕਿਸ ਤਰ੍ਹਾਂ ਰਿਐਕਟ ਕਰਨਗੇ, ਯੂ ਨੈਵਰ ਨੋ। ਸੋ ਬੀ ਪ੍ਰਿਪੇਅਰਡ ਐਂਡ ਇਹੀ ਸਮਝ ਆ ਰਹੀ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਮੈਂ ਦੁਬਾਰਾ ਆਇਆ ਜੀ, ਗੁਰਦੀਪ। ਹਾਂਜੀ ਗੁਰਦੀਪ ਜੀ, ਸਰਦਾਰ ਗਿਆਨ ਸਿੰਘ ਜੀ ਦਾ ਵਿਚਾਰ ਬਿਲਕੁਲ ਵਧੀਆ, ਜੇ ਦੂਜੇ ਫਰੈਂਡਸ ਨੂੰ ਇਨਵੋਲਵ ਕੀਤਾ ਤੇ ਗੱਲ ਦੂਰ ਤੱਕ ਚਲੀ ਜਾਏਗੀ। ਸੋ ਇਹ ਸਰਦਾਰ ਗਿਆਨ ਸਿੰਘ ਜੀ ਦਾ ਕਹਿਣਾ ਕਿ ਆਪਣੇ ਹਸਬੈਂਡ ਨਾਲ ਹੀ, ਮਾਂ ਪਿਓ ਨਾਲ ਵੀ ਨਾ ਗੱਲ ਕਰੇ, ਹਸਬੈਂਡ ਨੂੰ ਤਸੱਲੀ ਨਾਲ ਜਦੋਂ ਉਹਦਾ ਮੂਡ ਮਾਡ ਦੇਖੇ ਤੇ ਉਹਦੇ ਨਾਲ ਗੱਲ ਕਰੇ, ਹੋਰ ਕਿਸੇ ਨਾਲ ਨਾ ਕਰੇ ਤੇ ਜ਼ਿਆਦਾ ਬਿਹਤਰ ਹੋਏਗਾ। ਬਾਕੀ ਜ਼ਿੰਦਗੀ ਹੈ, ਦੇਖੋ ਜੀ, ਇਕੱਲੇ ਚੱਲਣਾ ਸਿੱਖ ਲੈਣਾ ਚਾਹੀਦਾ ਆਦਮੀ ਨੂੰ, ਕੋਈ ਜ਼ਰੂਰੀ ਨਹੀਂ ਆ ਕਿ ਜ਼ਿੰਦਗੀ ਵਿੱਚ ਜਿਹੜਾ ਅੱਜ ਤੁਹਾਡੇ ਨਾਲ ਚੱਲ ਰਿਹਾ ਹੈ ਨਾ, ਤੁਹਾਨੂੰ ਇੱਕ ਵਹਿਮ ਹੋਵੇਗਾ ਦਿਲ ਵਿੱਚ, ਡਰ ਹੋਵੇਗਾ ਕਿ ਮੇਰਾ ਹਸਬੈਂਡ ਹੈ ਮੈਂ ਕੀ ਕਰਾਂਗੀ, ਕੁਛ ਨਹੀਂ ਹੁੰਦਾ। ਤੁਸੀਂ ਜੇ ਪੜ੍ਹੇ ਲਿਖੇ ਹੋ ਤਾਂ ਜ਼ਰੂਰ ਇਹ ਸਟੈਪ ਲੈ ਲਓ, ਇਕੱਲੇ ਚੱਲਣਾ ਇਨਸਾਨ ਨੂੰ ਸਿੱਖਣਾ ਚਾਹੀਦਾ, ਕੋਈ ਪਤਾ ਨਹੀਂ ਕਿ ਕੱਲ ਨੂੰ ਜੋ ਅੱਜ ਤੁਹਾਡੇ ਨਾਲ ਹੈ ਉਹ ਚੱਲੇਗਾ ਜਾਂ ਨਹੀਂ ਚੱਲੇਗਾ, ਤੁਹਾਡੇ ਜਿਹੜੇ ਬੱਚੇ ਆ ਜਾਂ ਤੁਹਾਡੇ ਅਜੇ ਜਿਹਨਾਂ ਦਾ ਬੱਚਾ ਵੀ ਨਹੀਂ ਹੈ, ਇਹ ਕੋਈ ਜ਼ਰੂਰੀ ਨਹੀਂ ਹੈ, ਕੋਈ ਚੱਲੇਗਾ ਕੋਈ ਨਹੀਂ ਚੱਲੇਗਾ। ਸੋ ਇਕੱਲੇ ਆ ਇਨਸਾਨ ਨੂੰ ਆਪਣੇ ਜਿਹੜਾ ਪੂਰਾ ਕੌਨਫੀਡੈਂਸ ਹੋ ਕੇ ਚੱਲਣਾ ਚਾਹੀਦਾ ਲਾਈਫ 'ਤੇ, ਫਿਰ ਤੁਸੀਂ ਕਾਮਯਾਬ ਹੋ। ਇਹ ਨਾ ਕਦੇ ਸੋਚੋ ਦੁਨੀਆਂ ਕੀ ਕਹੇਗੀ, ਦੁਨੀਆਂ ਕਹੇਗੀ ਤੁਹਾਡੀ ਲਾਈਫ ਰੂਇਨਡ ਹੋ ਜਾਏਗੀ, ਸਾਰੀ ਜ਼ਿੰਦਗੀ ਬਰਬਾਦ ਹੋ ਜਾਏਗੀ,
अजे बहुत जिंदगी पई है बच्चे जी। जियो। थैंक यू, थैंक यू सो मच गुरदीप जी। ओई कि भाई दसना, एक तो जिवें पहली गल की थी कि एक्सेप्टेंस, दूजा कि चूज के केड़े बंदे नू दसना है पहले, यू नो जिस तरह तुसी कपल ऑफ टाइम्स मां नू दस चुके हो इट वॉज फ्यूटाइल, वो नहीं कम आया, पर हुण हसबेंड नू दसदे हो जो सानू दूरों देखण नू लगदा कि ही शुड बी द क्लोजेस्ट टू यू एंड माइट वर्क, पर थानू बेस्ट पता है कि चूज द परसन जिन्हू पहले दसना है एंड किस तरह, एक जिवें गुरदीप जी ने कहा कि अच्छा टाइम देख के उन्हां नू दसो। लेट्स सी होर की कह रहे हैं। हैलो, हाँ जी अरविंद जी। हाँ जी सुदर्शन जी। मैं सोचा है कि ए वैसे लड़की जी है जी, लड़का जड़ा है ए ओदी वास्ते खराब काम भी कर सकदा है, कह सकदा है कि तुसी मेरे नाल धोखा कीता, ओदे पेरेंट्स नु भी रेनु भी कह सकदा वे। ओके, जे मेरे नाल तुसी धोखा कीता जी, इस नु बड़े ही किसी दी सलाह लै के ओदे नाल गल करनी चाहिए भी मेरी ए पोजीशन है जी जी जी, ते मैं नहीं दस पाई, मैं अपनी मां नाल जिक्र भी कीता सी, पर तुसी मतलब उनु प्यार नाल हैंडल करे, बल्कि वो कर सकदा है ते केस कर सकदा है कि तुसी मेरे नाल धोखा कीता, जे तू इंटरेस्टेड ही नहीं सी ते तू इना सारा कुछ कीता क्यों। सो किसी दी सलाह लै के, पर वही है ना, केस करके की करेगा कि नहीं है, एक असलियत है जेड़ी दुनिया छुपा के चलदी रही है और हुन बाहर आना चाह रही है, सो करेगा भी की, केस करके बनेगा कुछ नहीं, बनेगा तो कुछ नहीं, केस करके बदनामी एदे इनलाज दी भी होएगी एदे पेरेंट्स दी भी होएगी। ते अगर आपस दे विच अंडरस्टैंडिंग दे नाल ही अगर वक्री हो जावे तो वो ज्यादा ठीक है। बहुत वधिया, ठीक है सुदर्शन जी, बहुत वधिया। ओही गल उत्थे ही आंदी है कि तुसी चूज खुद आराम नाल करो कि किस बंदे नू पहले दसना है, पर दसो जरूर। सब दा यही है कि कुट कुट के मरन दा कोई फायदा नहीं, मतलब जिहड़ी तुहानू लग ही रहा, फर्स्ट तो यही है कि एक्सैप्ट करो खुद, ਤੁਸੀਂ ਸ਼ਿਓਰ ਹੋ ਕਿਉਂ, ਐਂਡ ਫਿਰ ਬੀ ਸ਼ਿਓਰ ਕਿ ਜਦੋਂ ਵੀ ਐਕਸੈਪਟ ਕਰਦੇ ਹੋ ਨਾ, ਦੱਸਦੇ ਹੋ ਤਾਂ ਥੋੜ੍ਹੇ ਜਿਹੇ ਕੁਐਸਚਨ ਤੁਹਾਡੇ ਪ੍ਰਿਪੇਅਰਡ ਹੋਣ, ਕਿਉਂਕਿ ਬੜੀ ਵਾਰੀ ਹੋ ਸਕਦਾ ਹੈ ਇੱਕ ਪਰਸਨਲ ਫਰੈਂਡ ਨੂੰ ਜਾਂ ਹਸਬੈਂਡ ਨੂੰ ਜਾਂ ਜਿਹਨੂੰ ਵੀ ਦੱਸਦੇ ਹੋ ਤਾਂ ਉਹ ਹੋ ਜਾਂਦਾ, ਪਰ ਨੈਕਸਟ ਲੈਵਲ 'ਤੇ ਜਾਂਦੇ ਹੋ ਤਾਂ ਕਈ ਕੁਐਸਚਨਸ ਕਈ ਨੈਗੇਟਿਵਲੀ ਰਿਐਕਟ ਕਰ ਸਕਦੇ ਹਾਂ, ਬੀ ਪ੍ਰਿਪੇਅਰਡ ਫੋਰ ਦੈਟ, ਸਾਰੇ ਕੋਈ ਯੂ ਨੋ ਫੁੱਲ ਨਹੀਂ ਵਿਛਾ ਦੇਣਗੇ, ਹੋ ਸਕਦਾ ਹੈ, ਸੋ ਉਹਦੇ ਵਾਸਤੇ ਪ੍ਰਿਪੇਅਰ ਹੋਣਾ ਕਿ ਡੋਂਟ ਗੈਟ ਸ਼ੌਕਡ ਜਦੋਂ ਬੰਦੇ ਨੈਗੇਟਿਵਲੀ ਰਿਐਕਟ ਕਰਨ। ਐਂਡ ਦੂਸਰਾ ਫਿਰ ਜਿਸ ਤਰ੍ਹਾਂ ਸੁਦਰਸ਼ਨ ਜੀ ਵੀ ਕਹਿ ਰਹੇ ਨੇ ਕਿ ਉਹ ਅਗਰ ਪੁੱਠਾ ਕਰ ਸਕਦੇ, ਉਹ ਤੁਹਾਨੂੰ ਹੀ ਪਤਾ ਕਿ ਕਿਹੜਾ ਬੰਦਾ ਚੂਜ਼ ਕਰੋਗੇ, ਯੂ ਨੋ ਕਹਿਣ ਨੂੰ, ਐਂਡ ਬੀ ਪ੍ਰਿਪੇਅਰਡ ਫੋਰ ਦੈਟ, ਬੀ ਪ੍ਰਿਪੇਅਰਡ ਵਿਦ ਦ ਕੁਐਸਚਨਸ ਕਿ ਉਹ ਕੁਐਸਚਨ ਕੀ ਕਹਿਣਗੇ, ਜੇ ਕੋਈ ਬਹੁਤ ਪਿਆਰ ਨਾਲ ਵੀ ਸੁਣ ਰਿਹਾ ਹੋਏ ਸ਼ਾਇਦ ਪਹਿਲੇ ਦੂਸਰੇ ਕੁਐਸਚਨ 'ਚ ਇਹ ਜ਼ਰੂਰ ਲੱਗੇਗਾ ਕਿ ਤੁਹਾਨੂੰ ਕਦੋਂ ਪਤਾ ਲੱਗਿਆ, ਕਿਉਂ ਨਹੀਂ ਦੱਸਿਆ, ਯੂ ਨੋ ਹੁਣ ਦੱਸ ਰਹੇ ਹੋ ਅਤੇ ਕਿਉਂ ਦੱਸ ਰਹੇ ਹੋ, ਇਸ ਤਰ੍ਹਾਂ ਦੇ ਕੁਐਸਚਨਸ ਦਾ ਤੁਹਾਨੂੰ ਖੁਦ ਉੱਤਰ ਆਉਣਾ ਚਾਹੀਦਾ, ਕਿਉਂਕਿ ਇੱਕ ਹੋ ਸਕਦਾ ਕਿ ਸੀਰੀਜ਼ ਆਫ ਕੁਐਸਚਨਸ ਤੁਹਾਨੂੰ ਫੋਲੋ ਹੋਣ ਜਦੋਂ ਤੁਸੀਂ ਸ਼ੇਅਰ ਕਰਦੇ ਹੋ। ਸੋ ਮੋਰ ਔਰ ਲੈਸ ਇਹੀ ਹੈਗਾ, ਸਾਰੇ ਕਹਿ ਰਹੇ ਨੇ ਕਿ ਸ਼ੇਅਰ ਜ਼ਰੂਰ ਕਰੋ, ਘੁੱਟ ਘੁੱਟ ਕੇ ਅੰਦਰ ਹੀ ਅੰਦਰ ਰੱਖਣ ਦਾ ਕੋਈ ਫਾਇਦਾ ਨਹੀਂ। ਐਂਡ ਆਈ ਵੁੱਡ ਆਲਸੋ ਸੇ ਕਿ ਅਗਰ ਤੁਹਾਨੂੰ ਬਹੁਤ ਮੁਸ਼ਕਿਲ ਲੱਗ ਰਿਹਾ ਬੰਦਾ ਲੱਭਣਾ ਕਿ ਕਿਹਨੂੰ ਦੱਸਾਂ, ਤਾਂ ਗੋ ਟੂ ਅ ਡਾਕਟਰ, ਗੋ ਟੂ ਐਂਡ ਵੈਰੀ ਸ਼ੋਰ ਹੋ, ਗੋ ਟੂ ਅ ਅਟਰਨੀ ਜਿਹੜੇ ਕਿ ਬਿਲਕੁਲ ਸਟਰੇਂਜਰਸ ਹੈ ਤੁਹਾਡੇ ਵਾਸਤੇ, ਆਪਣੀ ਜਿਨ੍ਹਾਂ ਦਾ ਕੋਈ ਤੁਹਾਡੇ ਨਾਲ ਰਿਲੇਸ਼ਨਸ਼ਿਪ ਨਹੀਂ ਹੈ, ਉਹ ਤੁਹਾਨੂੰ ਓਬਜੈਕਟਿਵਲੀ ਦੇਖ ਕੇ ਯੂ ਨੋ ਦੱਸ ਸਕਦੇ ਨੇ ਕਿ ਤੁਸੀਂ ਹੁਣ ਨੈਕਸਟ ਕਿਹਨੂੰ ਦੱਸੋ, ਕੀ ਕਰੋ। ਸੋ ਕਾਉਂਸਲਰ ਕੋਲ ਜਾ ਸਕਦੇ ਹੋ ਅਗਰ ਇੰਨੀ ਦੇਰ 3 ਸਾਲ ਤੋਂ ਤੁਸੀਂ ਨਹੀਂ ਦੱਸਿਆ, ਸੋ ਕਾਉਂਸਲਰ ਕੋਲ ਵੀ ਜਾ ਸਕਦੇ ਹੋ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ, ਤੁਸੀਂ ਕਿਤੇ ਨਹੀਂ ਜਾਣਾ ਔਰ ਕਾਲ ਜ਼ਰੂਰ ਕਰਦੇ ਰਹੋ। ਸਾਰਿਆਂ ਦਾ ਫਿਰ ਸਵਾਗਤ ਹੈ। ਹੋਰ ਕਾਲਸ ਲੈਣ ਤੋਂ ਪਹਿਲੇ ਮੈਂ ਦੁਬਾਰਾ ਯਾਦ ਕਰਾ ਰਹੀ ਹਾਂ, ਕੱਲ੍ਹ ਅਟਰਨੀ ਪ੍ਰੀਤ ਗਿੱਲ ਸਾਡੇ ਨਾਲ ਹੋਣਗੇ, ਕੁਐਸਚਨਸ ਅਬਾਊਟ ਤੁਹਾਡੇ ਜਿਹੜੇ ਰਾਈਟਸ ਹੈ ਅਨਡਾਕੂਮੈਂਟਡ। ਤੁਸੀਂ ਸੁਣਿਆ ਹੋਣਾ ਆਈਸ ਜਿਹੜੀ ਰੇਡਸ ਕਰ ਰਹੇ ਹੈ, ਬਹੁਤ ਸਾਰੇ ਅਰੈਸਟ ਚੱਲ ਰਹੇ ਹੈ ਥਰੂ ਆਊਟ ਦਾ ਕੰਟਰੀ, ਉਹਦੇ ਬਾਰੇ ਕੀ ਤੁਹਾਡੇ ਰਾਈਟਸ ਹੈ, ਕੀ ਤੁਹਾਨੂੰ ਕਰਨਾ ਬਣਦਾ, ਕੀ ਨਹੀਂ ਤੁਹਾਨੂੰ ਕਰਨਾ ਬਣਦਾ, ਉਹ ਜ਼ਰੂਰ ਕੱਲ੍ਹ ਤੁਸੀਂ ਜ਼ਰੂਰ ਸ਼ਾਮਿਲ ਹੋਣਾ। ਅੱਜ ਵਾਸਤੇ ਲੈਟਸ ਸੇ ਟੇਕ ਅਨਦਰ ਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਕੁਲਦੀਪ ਬੋਲ ਰਹੀ ਹਾਂ ਜੀ। ਹਾਂਜੀ ਕੁਲਦੀਪ ਜੀ, ਦੱਸੋ ਕੀ ਕਹਿੰਦੇ ਹੋ ਅੱਜ? ਅੱਜ ਮੈਂ ਕਹਿੰਦੀ ਪਈ ਆ, ਜਿਹੜਾ ਲੇਡੀਜ਼ ਵਿਚਾਰੀ ਗੱਲ ਕਰਦੀ ਪਈ ਆ ਨਾ ਜੀ, ਇੱਕ ਸੇਮ ਮੇਰੀ ਇੱਕ ਫਰੈਂਡ ਸੀ ਕਿ ਉਹਦੇ ਨਾਲ ਵੀ ਇਹੋ ਹੀ ਕੁਝ ਹੈਗਾ ਸੀਗਾ। ਓਕੇ ਓਕੇ, ਇਹਨਾਂ ਨੂੰ ਹੁਣ ਇਹ ਬੰਦੇ ਦੇ ਨਾਲ ਥੋੜਾ ਜਿਹਾ ਸੈੱਟ ਹੋਣਾ ਚਾਹੀਦਾ ਹੈ। ਅੱਛਾ, ਕਿਉਂਕਿ ਉਹ ਬਾਅਦ ਦੇ ਵਿੱਚ ਲੈਫ ਆ ਨਾ ਜਿਹੜੀ, ਦੇਖੋ ਪਿੱਛੇ ਪਤਾ ਨਹੀਂ ਭਰਜਾਈਆਂ ਜਾਂ ਮਾਂ ਬਾਪ ਤੁਹਾਨੂੰ ਪਤਾ ਸਦਾ ਨਹੀਂ ਵਹਿੰਦੇ,
ਤੇ ਇਹਦੀ ਲਾਈਫ ਫਿਰ ਬਾਅਦ ਵਿੱਚ ਜਦੋਂ ਥੋੜਾ ਓਲਡ ਹੋ ਜਾਊਗੇ ਨਾ ਉਦੋਂ ਫਿਰ ਬਹੁਤ ਮੁਸ਼ਕਲ ਆ ਜਾਣੀ ਇਹਨਾਂ ਲਈ। ਲੋਕੀ ਤਾਂ ਬਹੁਤ ਕੁਛ ਕਹਿਣਗੇ, ਬਹੁਤ ਕੁਛ ਦੱਸਣਗੇ, ਪਰ ਮੇਰੀ ਰਾਏ ਇਹੋ ਹੀ ਆ ਵੀ ਇਹਨਾਂ ਦੇ ਨਾਲ ਇਹਨੂੰ ਸੈੱਟ ਹੋਣਾ ਚਾਹੀਦਾ। ਅੱਛਾ, ਹਾਂ ਇਹ ਇੱਕ ਪ੍ਰੋਬਲਮ ਹੁੰਦੀ ਆ ਜੀ, ਇਹਦਾ ਕਸੂਰ ਨਹੀਂ ਹੈਗਾ ਲੜਕੀ ਦਾ। ਓਕੇ, ਹਾਂਜੀ ਜਿਹੜੀ ਮੇਰੀ ਫਰੈਂਡ ਸੀ ਉਹਦੇ ਤਾਇਆ ਜੀ ਸਿਰਫ ਸਰਜਨ ਡਾਕਟਰ ਸੀਗੇ, ਉਹਨਾਂ ਕਿਹਾ ਸੀ ਇਹਦੀ ਮੈਰਿਜ ਨਾ ਕਰਿਓ, ਮੈਰਿਜ ਲਾਇਕ ਨਹੀਂ ਹੈਗੀ ਲੜਕੀ। ਅੱਛਾ ਜੀ, ਪਰ ਉਹ ਫਿਰ ਪੇਰੈਂਟ ਵਿਚਾਰੇ ਨਾ ਸੋਚਿਆ ਵੀ ਅਸੀਂ ਤਾਂ ਮਰ ਮੁੱਕ ਜਾਣਾ, ਅਸੀਂ ਕਿਹੜਾ ਬੈਠੇ ਰਹਿਣਾ। ਉਹਨਾਂ ਨੇ ਮੈਰਿਜ ਕਰਤੀ, ਚਲੋ ਅੱਗੇ ਫਿਰ ਉਹਨਾਂ ਨੇ ਛੋਟੀ ਲੜਕੀ ਦਾ ਵੀ ਰਿਸ਼ਤਾ ਦਿੱਤਾ ਵੀ ਇਹਦਾ ਬੱਚਾ ਹੋ ਜਾਏਗਾ, ਇਹ ਸੈੱਟ ਹੋ ਜਾਏਗੀ। ਓਕੇ, ਹੋਇਆ ਬੜਾ ਕੁਛ ਉਹਨਾਂ ਨੇ ਉਹ ਕੀਤਾ ਵਿਚਾਰਿਆਂ ਨਾਲ ਪੇਰੈਂਟ ਨਾਲ। ਹੁਣ ਉਹ ਜਿਹੜੀ ਛੋਟੀ ਭੈਣ ਆ ਨਾ ਉਹਦੇ ਬੱਚਾ ਵੀ ਲੈ ਲਿਆ ਉਹਨਾਂ ਗੋਦ, ਪਹਿਲੀ ਲੜਕੀ ਹੋਈ ਉਹਨਾਂ ਕੁੜੀ ਨਾਲ ਗੋਦ ਲੈ ਲਈ। ਹੁਣ ਉਹ ਕੁੜੀ ਦੇ ਨਾਲ ਕੋਈ ਵੀ ਸਿੱਧਾ ਮੂੰਹ ਨਹੀਂ ਬੋਲਦਾ, ਵਿਚਾਰੀ ਬਜ਼ੁਰਗ ਹੋ ਗਈ ਆ, ਜਿਹੜੀ ਗੋਦ ਲਈ ਸੀ ਕੁੜੀ ਉਹ ਵੀ ਮਾਂ ਦੀ ਬਣ ਗਈ। ਇਹ ਬਾਅਦ ਵਿੱਚ ਬਹੁਤ ਔਖਾ ਹੋਏਗੀ ਇਸ ਬੰਦੇ ਦੇ ਨਾਲ, ਜਿਹੜਾ ਮੈਂ ਕਹਿੰਦੀ ਬੰਦਾ ਬਹੁਤ ਚੰਗਾ ਏ, ਜਿਹੜਾ ਹੁਣ ਤੱਕ 3-4 ਸਾਲ ਤੋਂ ਮੈਰਿਜ ਹੋਈ ਵੀ ਸੈੱਟ ਹੋ ਰਿਹਾ ਵਿਚਾਰਾ, ਪਰ ਇਹਨੂੰ ਵੀ ਥੋੜੀ ਜਿਹੀ ਖਿਮਾ ਰੱਖਣੀ ਚਾਹੀਦੀ ਆ। ਬਹੁਤ ਵਧੀਆ, ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤਾ, ਔਰ ਬਿਲਕੁਲ ਹਟ ਕੇ ਇਹਨਾਂ ਦੀ ਰਾਏ ਹੈ, ਪਰ ਫਿਰ ਵੀ ਮੈਨੂੰ ਇਹਨਾਂ ਦੀ ਰਾਏ ਤੋਂ ਵੀ ਜੋ ਗੱਲ ਸਮਝ ਆ ਰਹੀ ਹੈ, ਜਿਸ ਐਕਸਪੀਰੀਅੰਸ ਨਾਲ ਇਹ ਸ਼ੇਅਰ ਕਰ ਰਹੇ ਨੇ ਕਿ ਆਪਣੀ ਜਿਹੜੀ ਯੂ ਨੋ ਫਰੈਂਡ ਦੀ ਗੱਲ ਕਰ ਰਹੇ ਹੈ, ਉਹ ਵੀ ਇਹ ਕਹਿ ਰਹੇ ਕਿ ਉਹ ਕੋਈ ਬੁਲਾਉਂਦਾ ਨਹੀਂ, ਸੋ ਸੈੱਟ ਹੋਣ ਨੂੰ ਕਹਿ ਰਹੇ ਹੈ, ਪਰ ਉਹ ਸੈੱਟ ਰਹੀ ਉੱਥੇ ਹੀ ਰਹੀ, ਉੱਥੇ ਰਹਿਣ ਦੇ ਬਾਵਜੂਦ ਉਹਦੀ ਜ਼ਿੰਦਗੀ ਕੁਛ ਨਹੀਂ ਸੀ। ਸੋ ਆਈ ਡੋਂਟ ਨੋ ਵਾਈ ਇੱਕ ਜ਼ਬਰਦਸਤੀ ਉੱਥੇ ਹੀ ਰਹਿਣਾ ਇੱਕ ਅੱਛੀ ਜ਼ਿੰਦਗੀ ਦਾ ਸਬੂਤ ਹੋ ਸਕਦੀ ਹੈ, ਕਿਉਂਕਿ ਜੋ ਇਹ ਕਹਿ ਰਹੇ ਨੇ ਔਰ ਜਿਹੜਾ ਐਗਜ਼ਾਮਪਲ ਦੇ ਰਹੇ ਆ ਉਹ ਕੋਂਟਰਡਿਕਟ ਕਰ ਰਿਹਾ ਬੇਸਿਕਲੀ, ਯੂ ਨੋ ਆਪਸ 'ਚ ਹੀ ਉਹ ਨਹੀਂ ਮਿਲਦੇ। ਸੋ ਇਸ ਸ਼ੋਅ ਦੇ ਵਿੱਚ ਐਗਰੀ ਕਰਦੇ ਹਾਂ ਅਸੀਂ ਕਿ ਡਿਸਐਗਰੀ ਕਰ ਸਕਦੇ ਹਾਂ ਕਿ ਯੂ ਨੋ ਆਪਸ ਆਪਣੀ ਰਾਏ ਸਾਰੀ। ਸੋ ਬਹੁਤ ਥੈਂਕ ਯੂ ਸੋ ਮਚ ਕਿ ਤੁਸੀਂ ਕਾਲ ਕੀਤੀ, ਤੁਹਾਡੀ ਰਾਏ ਜਿਹੜੀ ਹੈ ਔਰ ਤੁਹਾਡਾ ਜਿਹੜਾ ਐਗਜ਼ਾਮਪਲ ਹੈ ਉਹ ਬਿਲਕੁਲ ਆਪਸ ਵਿੱਚ, ਕਿ ਉੱਥੇ ਬੈਠੇ ਬੈਠੇ ਉਹਦੀ ਜ਼ਿੰਦਗੀ ਕੁਛ ਨਹੀਂ ਹੈ, ਪਰ ਉਹਨੇ ਚੂਜ਼ ਕੀਤਾ ਕਿ ਉਹ ਬੈਠੀ ਰਹੀ। ਬਟ ਐਨੀਵੇ ਮੈਨੂੰ ਲੱਗਦਾ ਇਹਨਾਂ ਨੂੰ ਬੱਚਾ ਨਾ ਹੋਣਾ ਜਾਂ ਕੁਛ ਇਸ ਤਰ੍ਹਾਂ ਦਾ ਵੀ ਸਮਝ ਆ ਰਹੀ ਹੋਏ, ਵਿਚ ਇਜ਼ ਨੋਟ ਦ ਕੇਸ, ਇਹ ਕੇਸ ਉਹ ਨਹੀਂ ਹੈ ਕਿ ਬੱਚਾ ਨਹੀਂ ਹੋ ਸਕਦਾ। ਸੋ ਜਿਹੜੀ ਜਿੱਥੇ ਤੱਕ ਅੱਜ ਦੀ ਅਸੀਂ ਗੱਲ ਕਰ ਰਹੇ ਹਾਂ, ਸਮਝ ਇਹ ਆਉਂਦੀ ਹੈ ਕਿ ਐਟਲੀਸਟ ਆਈ ਐਮ ਗਲੈਡ ਕਿ ਸਾਡੀ ਕਮਿਊਨਿਟੀ ਇਸ ਤੱਕ ਪਹੁੰਚੀ ਹੈ, ਪਿਛਲੇ 10 ਸਾਲਾਂ ਤੋਂ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ, ਓਵਰ ਦ ਈਅਰਸ ਅਸੀਂ ਗਰੋ ਕੀਤੇ ਹਾਂ, ਅਸੀਂ ਇਵੋਲਵ ਹੋਏ ਹਾਂ, ਅਸੀਂ ਸਾਡੀ ਕੌਨਸ਼ੀਅਸਨੈਸ ਸਾਡੀ ਸੋਚ ਬਹੁਤ ਉੱਚੀ ਗਈ ਹੈ। ਸੋ ਅਸੀਂ ਐਕਸੈਪਟੈਂਸ 'ਤੇ ਹੈਗੇ ਹਾਂ ਕਿ ਹਾਂ ਇਹ ਰੱਬ ਦਾ ਕੀਤਾ ਹੋਇਆ, ਤੁਸੀਂ ਬਸ ਕੀ ਗੱਲ ਹੋ ਗਈ, ਕੋਈ ਡਰਨ ਦੀ ਗੱਲ ਨਹੀਂ ਆਪਣੀ, ਯੂ ਨੋ ਵੈਨ ਇਨ ਡਾਊਟ ਅਸੀਂ ਹਮੇਸ਼ਾ ਕਹਿੰਦੇ ਹਾਂ, ਵੈਨ ਇਨ ਡਾਊਟ ਸਪੀਕ ਫਰੋਮ ਯੋਰ ਹਾਰਟ। ਸੋ ਆਪਣੇ ਮਨ ਦੀ ਗੱਲ ਸੱਚਾਈ ਨਾਲ ਸ਼ੇਅਰ ਕਰੋ, ਚੂਜ਼ ਕਰੋ, ਟਾਈਮ ਚੂਜ਼ ਕਰੋ, ਬੰਦਾ ਚੂਜ਼ ਕਰੋ, ਕਿਹਨੂੰ ਦੱਸਣਾ, ਪਰ ਮੋਸਟ ਪ੍ਰੋਬਬਲੀ ਬਹੁਤ ਸਾਰਾ ਭਾਰ ਜਿਹੜਾ ਮਨ ਤੋਂ ਉਤਰ ਜਾਏਗਾ ਔਰ ਇੱਕ ਜ਼ਿੰਦਗੀ ਜਿਹੜੀ ਹੈ ਨਾ, ਜਿਵੇਂ ਕਹਿੰਦੇ ਹੁਣੇ ਪਿੰਜਰੇ 'ਚ ਫੀਲ ਹੋ ਰਹੀ ਹੈ, ਉਹ ਠੀਕ ਹੋ ਜਾਏਗੀ। ਬਾਕੀ ਮੁਸ਼ਕਲਾਵਾਂ ਨਹੀਂ ਆਉਣਗੀਆਂ, ਕੋਈ ਨੈਗੇਟਿਵ ਨਹੀਂ ਬੋਲੇਗਾ, ਡੋਂਟ ਐਕਸੈਪਟ ਦੈਟ, ਡੋਂਟ ਐਕਸਪੈਕਟ ਦੈਟ, ਉਹਦੀ ਉਮੀਦ ਨਾ ਕਰੋ। ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਬਿਲਕੁਲ ਪ੍ਰਿਪੇਅਰਡ ਹੋਵੋ ਕਿ ਕਈ ਹੋ ਸਕਦਾ ਬਹੁਤ ਮਾੜਾ ਵੀ ਬੋਲਣ, ਕਈ ਹੋ ਸਕਦਾ ਹੈ ਸਵਾਲ ਬੜੇ ਸਾਰੇ ਕਰਨ, ਉਹਦੇ ਜਵਾਬ ਤੁਹਾਡੇ ਕੋਲ ਹੋਣ, ਪਰ ਗੱਲ ਉੱਥੇ ਹੀ ਹੈ ਕਿ ਲਿਸਨ ਟੂ ਯੋਰ ਹਾਰਟ ਔਰ ਘੁੱਟ ਘੁੱਟ ਕੇ ਉਹੀ ਗੁਰਦੀਪ ਜੀ ਵਾਲੀ ਗੱਲ ਕਿ ਜ਼ਿੰਦਗੀ ਇੱਕ ਹੈਗੀ ਹੈ, ਉਹਨੂੰ ਦਬ ਦਬ ਕੇ ਮਰ ਮਰ ਕੇ ਜੀਣਾ ਡਜ਼ਨਟ ਮੇਕ ਸੈਂਸ। ਔਰ ਜਿਸ ਤਰ੍ਹਾਂ ਲਾਸਟ ਕਾਲਰ ਨੇ ਵੀ ਕਿਹਾ ਕਿ ਫਿਰ ਅੱਗੋਂ ਕੀ ਕਰਨਗੇ ਲੇਟਰ ਲਾਈਫ 'ਚ ਹੋਣਗੇ, ਥੈਂਕਫੁਲੀ ਤੁਸੀਂ ਅਮੈਰੀਕਾ 'ਚ ਹੋ, ਹਰ ਬੰਦਾ ਇੰਡੀਪੈਂਡੈਂਟ ਹੋ ਸਕਦਾ ਇੱਥੇ, ਥੋੜ੍ਹੀ ਜਿਹੀ ਸਮਝਦਾਰੀ, ਥੋੜ੍ਹੀ ਜਿਹੀ ਸਪੋਰਟ ਸਿਸਟਮ ਦੀ ਲੋੜ ਹੈ, ਸਪੋਰਟ ਸਿਸਟਮ ਦੀ। ਗੁੱਡ ਯੂ ਕਾਲਡ ਹੇਅਰ, ਸਾਰੇ ਗੱਲਬਾਤ ਨੇ ਕਾਫੀ ਸਪੋਰਟ ਕੀਤੀ ਹੈ ਤੁਹਾਨੂੰ, ਤੁਹਾਡੀ ਆਪਣੀ ਆਪਸ ਵਿੱਚ ਆਪਣੇ ਬਾਰੇ ਐਕਸੈਪਟੈਂਸ ਹੋਏ, ਉੱਥੋਂ ਸ਼ੁਰੂਆਤ ਕਰਕੇ ਦਿਲ ਦੀ ਗੱਲ ਕਰਕੇ ਸਭ ਚੰਗਾ ਹੀ ਹੋਏਗਾ। ਔਰ ਤੁਸੀਂ ਪਹਿਲੇ ਹੀ ਜੋਬ ਕਰ ਰਹੇ ਹੋ, ਫਾਈਨੈਂਸ਼ਲੀ ਇੰਡੀਪੈਂਡੈਂਟ ਵੀ ਹੋ ਸਕਦੇ ਹੋ, ਮੇਰੇ ਹਿਸਾਬ ਨਾਲ, ਮੇਰੇ ਪੁੱਛਣ ਨਾਲ ਤੁਹਾਡੇ ਹਸਬੈਂਡ ਨਾਲ ਕੋਈ ਐਸਾ ਯੂ ਨੋ ਕਿ ਉਹ ਬਹੁਤ ਅਜੀਬ ਹਸਬੈਂਡ ਹੈ ਜਾਂ ਯੂ ਨੋ ਡੋਮੀਨੇਟਿੰਗ, ਐਸਾ ਕੁਛ ਨਹੀਂ ਪਤਾ ਲੱਗਿਆ। ਸੋ ਤਾਂ ਹੀ ਕਰਕੇ ਤੁਹਾਨੂੰ ਤਰਸ 'ਚ 3 ਸਾਲ ਤੁਸੀਂ ਬਿਤਾਤੇ ਔਰ ਤੁਹਾਡਾ ਕਾਫੀ ਧਿਆਨ ਇਹਦੇ 'ਚ ਸੀ ਕਿ ਉਹਦੇ ਨਾਲ ਵੀ ਫੇਅਰ ਨਹੀਂ ਹੈ। ਸੋ ਆਈ ਥਿੰਕ ਹੀ ਮਾਈਟ ਬੀ ਅ ਗੁੱਡ ਪਰਸਨ ਜਿਹਨੂੰ ਤੁਸੀਂ ਦੱਸੋ। ਸੋ ਹੋ ਸਕਦਾ ਤੁਸੀਂ ਉਹਨੂੰ ਦੱਸੋਗੇ, ਦੋਨੋਂ ਜਣੇ ਹਮੇਸ਼ਾ ਵਾਸਤੇ ਇੱਕ ਅੱਛੇ ਫਰੈਂਡਸ ਰਹਿ ਸਕਦੇ ਹੋ, ਐਂਡ ਉਹਨਾਂ ਉਹ ਵੀ ਡਿਜ਼ਰਵ ਕਰਦੇ ਹਨ ਕਿ ਉਹਨਾਂ ਨੂੰ ਇੱਕ ਅੱਛਾ ਵਾਈਫ ਐਜ਼ ਅ ਵਾਈਫ ਪਾਰਟਨਰ ਮਿਲੇ, ਉਹ ਵੀ ਕਰਾ ਸਕਦੇ ਹਨ, ਅਤੇ ਤੁਸੀਂ
ਵੀ ਇੰਡੀਪੈਂਡੈਂਟ ਵੀ ਹੋ ਸਕਦੇ ਹੋ, ਕੋਈ ਪਾਰਟਨਰ ਮਿਲੇ ਹੋ ਵੀ, ਉਹ ਕੱਲ੍ਹ ਦੀਆਂ ਗੱਲਾਂ, ਪਰ ਅੱਜ ਵਾਸਤੇ ਆਈ ਥਿੰਕ ਇਟਸ ਅ ਗੁੱਡ ਥਿੰਗ, ਬਟ ਜਸਟ ਚੂਜ਼ ਯੋਰ ਟਾਈਮ, ਚੂਜ਼ ਯੋਰ ਪਰਸਨ। ਦੁਬਾਰਾ ਯਾਦ ਕਰਾ ਰਹੀ ਹਾਂ, ਕੱਲ੍ਹ ਡੂ ਨੋਟ ਮਿਸ, ਕੱਲ੍ਹ ਵਾਸਤੇ ਜ਼ਰੂਰ ਟਿਊਨ ਇਨ ਕਰਨਾ ਅਟਰਨੀ ਪ੍ਰੀਤ ਗਿੱਲ ਨਾਲ ਗੱਲ ਕਰਨ ਵਾਸਤੇ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।